ਅੱਬ ਕੇ ਰਹਿਣਾ ਨਾ ਸਿੱਖ ਲਈ ਤੂੰ ਤਾਂ ਚੰਨ ਤੱਕ ਭਰੀਆਂ ਉਡਾਰੀਆਂ ਨੇ ਐਵੇਂ ਨਾ ਥੱਕ ਹਾਰ ਬੈਠ ਜਾਈਂ ਕਿਉਂਕਿ ਤੂੰ ਤਾਂ ਕਈ ਜੰਗਾਂ ਸਿਰੇ ਚਾੜੀਆਂ ਨੇ ਇਹ ਸਤਰਾ ਟੁਕਦੀਆਂ ਨਹੀਂ ਟਰਾਂਸ ਜੈਂਡਰ ధਨੰਜੇ ਚੋਹਾਨ ਤੇ ਕਿਉਂਕਿ ధਨੰਜੇ ਨੇ ਆਪਣੀ ਜ਼ਿੰਦਗੀ ਚ ਉਹ ਜੰਗਾਂ ਲੜੀਆਂ ਨੇ ਜਿੰਨਾ ਬਾਰੇ ਕੋਈ ਸੋਚ ਵੀ ਨਹੀਂ ਸਕਦਾ ధਨੰਜੇ ਪੰਜਾਬ ਯੂਨੀਵਰਸਿਟੀ ਦੇ ਪਹਿਲੇ ਟਰਾਂਸ ਜੈਂਡਰ ਵਿਦਿਆਰਥੀ ਨੇ ਜਿਨ੍ਹਾਂ ਨੇ ਟਰਾਂਸ ਜੈਂਡਰਾਂ ਦੇ ਹੱਕ ਦੀ ਮੰਗ ਕੀਤੀ ਤੇ ਉਹਨਾਂ ਨੂੰ ਹੱਕ ਦਵਾਇਆ ధਨੰਜੇ ਨੇ ਜਦੋਂ ਆਪਣੀ ਹੋਂਦ ਦੀ ਲੜਾਈ ਲੜੀ ਤਾਂ ਉਸਦੀ ਆਵਾਜ਼ ਪੂਰੀ ਦੁਨੀਆ ਤੱਕ ਪਹੁੰਚੀ। ధਨੰਜੇ ਤੇ ਹੋਰ ਨਾ 트랜ਸਜੈਂਡਰ ਦਾ ਦਰਦ ਲੋਕਾਂ ਤੱਕ ਪਹੁੰਚਿਆ ਕਿ ਕਿਵੇਂ ਉਹ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਇਹ 트랜ਸਜੈਂਡਰ ਜਿਥੇ ਧਰਤੀ ਤੇ ਜੀਉਣ ਲਈ ਹੋਂਦ ਦੀ ਲੜਾਈ, ਆਪਣੇ ਹੱਕਾਂ ਦੀ ਲੜਾਈ ਸਕੂਲ ਕਾਲਜਾਂ 'ਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਇਨ੍ਹਾਂ ਵੱਲੋਂ ਦੇਖੀਆਂ ਗਈਆਂ ਅਤੇ ਹੁਣ ਰੋਜ਼ਗਾਰ ਦੀ ਇਹ ਵੱਖਰੀ ਲੜਾਈ ਲੜ ਰਹੇ ਨੇ। ਇੱਕ ਤਾਂ ਆਪਣੀ ਜ਼ਿੰਦਗੀ ਵਾਸਤੇ ਤਾਂ ਲੜਦੇ ਹੀ ਆਂ ਪਰ ਰੋਜ਼ਗਾਰ ਵਾਸਤੇ ਵੀ ਬੜਾ ਲੜਾਈ ਲੜਨੇ ਪਈ ਆ। ਐਕਸੈਪਟੈਂਸ ਦੇ ਬੇਸ ਤੇ ਇਹ ਟਰੱਕ ਬਣਿਆ ਹੈਗਾ ਪੂਰਾ ਫੂਡ ਟਰੱਕ ਇਹਦੇ ਵਿੱਚ ਲਿਖਿਆ ਹੈ ਸਵੀਕਾਰ ਸਵੀਕਾਰ ਦਾ ਮਤਲਬ ਹੀ ਐਕਸੈਪਟੈਂਸ ਹੈ ਵੀ ਡੋਨਟ ਨੀਡ ਐਨੀ ਸਪੈਸ਼ਲ ਰਾਈਟਸ ਵੀ ਨੀਡ ਓਨਲੀ ਐਕਸੈਪਟੈਂਸ ਥ੍ਰੀਗਨ ਇਹ ਸਾਰਾ ਜਿਹੜਾ ਥੀਮ ਹੈਗਾ ਨਾ ਪੂਰਾ ਟਰਾਂਸਜੈਂਡਰ ਦੇ ਉੱਪਰ ਹੈਗਾ ਇਹ ਸਾਰਾ ਡੈਡੀਕੇਟਿਡ ਟਰਾਂਸਜੈਂਡਰ ਤੋਂ ਹਮਨੇ ਵੀ ਜਿਹਾ ਹਾਫ ਮੇਲ ਅ ਰੇਨਬੋ ਹੈ ਹਾਫ ਮੇਲ ਹਾਫ ਫੀਮੇਲ ਦਾ ਹੈਗਾ ਤੇ ਕਨਸੈਪਟ ਮਤਲਬ ਅਧ ਨਾਰੇਸ਼ਵਰ ਦਾ ਸੋ ਇਹ ਹੈ ਸਾਰਾ ਥੀਮ ਜਿਹੜਾ ਹੈ ਬਣਾਇਆ ਇਹ 트랜ਸ ਜੈਂਡਰ ਕਮਿਊਨਿਟੀ ਨੂੰ ਦੇਖ ਕੇ ਬਣਾਇਆ ਗਿਆ ਤੇ ਸਪ੍ਰਿੰਗ ਰੋਲ ਹੈਗਾ ਸਪ੍ਰਿੰਗ ਰੋਲ ਤੋਂ ਇਲਾਵਾ ਪਾਸਤਾ ਹੈਗਾ ਫਰਾਈਡ ਰਾਈਸ अगेन ਤੇ ਫ੍ਰੈਂਚ ਫ੍ਰਾਈਜ਼ ਹੈਗੇ ਚਾਈਨੀਸ ਫੂਡ ਸਾਰਾ ਹੈ ਪਾਸਤਾ ਵਗੈਰਾ ਸਭ ਕੁਝ ਹੈ ਮੈਂ ਹੁਣ ਠੀਕ ਨਹੀਂ ਮੰਗਣੀ ਮੈਂ ਸੜਕਾਂ ਤੇ ਨਹੀਂ ਘੁੰਮਣਾ ਤੇ ਮੈਂ ਹੁਣ ਨੌਕਰੀ ਕਰਨੀ ਹੈ ਮੈਨੂੰ ਵੀ ਆਪਣਾ ਸਟੇਟਸ ਬਦਲਣਾ ਮੈਂ ਫਾਈਨੈਂਸ਼ੀਅਲ ਸਟਰੋਂਗ ਹੋਣਾ ਚਾਹੁੰਦੀ ਹਾਂ ਤਾਂ ਕਿ ਮੇਰੀ ਗੱਲ ਨੂੰ ਲੋਕ ਸੁਣਨ ਅੱਜ ਕੱਲ੍ਹ ਤਾਂ ਪਤਾ ਹੀ ਜਦ ਤੱਕ ਫਾਈਨੈਂਸ਼ੀਅਲ ਐਸੇ ਸਟਰੋਂਗ ਨਹੀਂ ਹੁੰਦੇ ਤਦ ਤੱਕ ਕੋਈ ਨਹੀਂ ਸੁਣਦਾ ਰਹਾ ਕਾफी ਬੁਰਾ ਦੌਰ ਵੀ ਦੇਖਿਆ ਮੈਂ ਲੇਕਿਨ ਹੁਣ ਲੋਕਾਂ ਦੇ ਅੰਦਰ ਹਿੰਮਤ ਹਿੰਮਤ ਤੇਗੀ ਕਿਉਂਕਿ ਮੇਰਾ ਇੱਕ ਤਾਂ ਸਟੇਟਸ ਵੀ ਵੱਧ ਗਿਆ ਹੈ ਪੈਰਾਂ ਤੇ ਖੜੀ ਹਾਂਜੀ ਪੈਰਾਂ ਤੇ ਖੜੀ ਖੜੀ ਹੋ ਗਈ ਨਾਲ ਮਗਾਦੀ ਜਦੋਂ ਫਿਲਮ ਬਣ ਰਹੀ ਸੀਗੀ ਉਸ ਟਾਈਮ ਉਹਨਾਂ ਦੀ ਫਿਲਮ ਸੀਗੀ ਚੰਡੀਗੜ੍ਹ ਕਰੇ ਆ ਚੁੱਕੀ ਹਾਂਜੀ ਤੇ ਉਹ ਜੇ ਪ੍ਰੋਮੋਸ਼ਨ ਹੁੰਦੇ ਤਾਂ ਉਸ ਸਮੇਂ ਉਹਨਾਂ ਦੀ ਉਸ ਉਸ ਫਿਲਮ ਦੀ ਪ੍ਰੋਮੋਸ਼ਨ ਹੋਣੀ ਸੀ ਜੋ ਕਿ ਟਰਾਂਸ ਜੈਂਡਰ ਦੇ ਉੱਪਰ ਹੈ ਬਾਕੀ ਫਿਲਮ ਤਾਂ ਉਹਦੇ ਹੀ ਟਰਾਂਸ ਜੈਂਡਰ ਦੇ ਉੱਪਰ ਨਹੀਂ ਹੈਗੀ ਨਾ ਹੀ ਉਹ ਪ੍ਰੋਮੋਸ਼ਨ ਕਰਨ ਆਏ ਸੀਗੇ ਉਹਨਾਂ ਨੇ ਸਿੱਧਾ ਜਿਹੜਾ ਉਹਨਾਂ ਦਾ ਮੈਂ ਦੇਖਿਆ ਬਿਆਨ ਸੀਗਾ ਵੀ ਮੈਂ ਟਰਾਂਸ ਜੈਂਡਰ ਕਮਿਊਨਿਟੀ ਨੂੰ ਸਪੋਰਟ ਕਰਨਾ ਚਾਹੁੰਦਾ ਐ ਐਕਸਪਰਟ ਨੇ ਫੂਡ ਬਿਜ਼ਨਸ ਸੇ ਜਾਂ ਚਾਈਨੈਸ ਫੂਡ ਸੇ ਤੇ ਸਾਡੇ ਕੋਲ ਅਪਰੋਚ ਕਰਨ ਤੇ ਅਸੀਂ ਉਹਨਾਂ ਨੂੰ ਜੌਬ ਦਵਾਉਂਦੇ Proud to be a transgender ਮਤਲਬ proud ਹੀਜੜਾ proud ਕਿੰਨਰ proud ਉਸਰਾ ਕਰਨੋ ਪਾਜਾ ਸਰੈ ਕਰਨੋ ਮੈਨੂੰ ਗਰਵ ਹੈ ਆਪਣੇ ਆਤੇ ਮੈਨੂੰ ਕੋਈ ਦਿੱਕਤ ਨਹੀਂ ਸਮਾਜ ਨੂੰ ਹੋਵੇ ਸ਼ਰਮ ਆਵੇ ਆਣ ਦੋ ਏਰੋਪਾ ਨਾ ਇਸ ਸਿਰਫ ਦਿਖਾਂਦਾ ਹੈ ਕਠੋਰਤਾ ਅੰਦਰੋਂ ਤਾਂ ਅਸੀਂ ਪਿਗਲੇ ਹੋਏ ਲੋਕ ਹੈ ਕੋਈ ਜਰਾ ਜਹਾ ਹੱਥ ਫੜਨੇ ਜਾਂ ਆਪਣਾ ਪਨ ਦਿਖਾਉਣ ਦੇ ਵਿੱਚ ਆ ਆ ਹਾਂ ਜੂ ਚਾ ਲੱਗ ਜਾਂਦੇ ਆ ਯਾਦੋਂ ਤੁਹਾਡੇ ਹੱਥ ਦੇ ਵਿੱਚ ਫੂਟ ਰਕ ਦੀ ਚਾਬੀ ਸੀ ਤੇ ਆਯੂਸ਼ਮਨ ਖੀਰਾਣਾ ਜੋ ਹੈ ਉਹ ਦੂਜਾ ਕੰਫਰੈਂਸ ਹੋਣ ਚੀ ਸੀ ਤਾਂ ਕਿਦਾਂ ਦੀ ਫੀਲਿੰਗ ਰੈਸਪ ਫੀਲਿੰਗ ਜਿਹੜੀ ਸੀ ਬਹੁਤ ਜ਼ਿਆਦਾ ਮਤਲਬ ਐਕਸਾਈਟਿਡ ਸੀ ਕਿਉਂਕਿ ਅਸੀਂ 1 ਸਾਲ ਤੋਂ ਅ ਵੇਟ ਕਰ ਰਹੇ ਸੀ ਕਦੋਂ ਵੀ ਇਹ ਉਦਘਾਟਨ ਹੋਏਗਾ ਕਿਉਂਕਿ ਪਿਛਲੇ ਸਾਲ ਮਈ 'ਚ ਸਾਡੇ ਕੋਲ ਚੰਡੀਗੜ੍ਹ ਆ ਗਿਆ ਸੀ ਕੋਟਰਾ ਨਹੀਂ ਤੇ ਅਸੀਂ ਜਗ੍ਹਾ ਜਗ੍ਹਾ ਖੜਾ ਕਰਦੇ ਰਹੇ ਇਹਨਾਂ ਨੂੰ ਸਾਡੇ ਕੋਲ ਜਗ੍ਹਾ ਨਹੀਂ ਮਿਲ ਸੀ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਨੂੰ ਜਗ੍ਹਾ ਨਹੀਂ ਦਿੱਕਤੀ ਸੀ ਮਾਹਾਲੇ 'ਚ ਵੀ ਜਗ੍ਹਾ ਨਹੀਂ ਵੀ ਨਹੀਂ ਫਾਈਨਲੀ ਅਸੀਂ ਜ਼ਿਲਖਪੁਰ ਡਿਸਾਈਡ ਕੀਤਾ ਤੇ ਸਾਰੇ ਸਰਵੇ ਕੀਤਾ ਤੇ ਇੱਥੇ ਕਈ ਥੋੜਾ ਆਬਜੈਕਸ਼ਨ ਜ਼ਰੂਰ ਹੋਇਆ ਲੇਕਿਨ ਪਹਿਲੇ ਸਾਨੂੰ ਇਹ ਜਿਹੜੀ ਜਗ੍ਹਾ ਹੈ ਇਹ ਸੰਜੀਵ ਖੰਨਾ ਦੀ ਹੈ ਗਿਆ ਤੇ ਵਿਨੀਤ ਬਾਂ ਬਾਂਸਲ ਉਹਨਾਂ ਨੇ ਜਿਹੜਾ ਸਾਨੂੰ ਦਿੱਤੀ ਹੈ ਤੇ ਜਦੋਂ ਆਈਸ਼ਵਨ ਕੁਰਾਣਾ ਦੀ ਡੇਟ ਫਾਈਨਲ ਹੋਈ ਸਾਨੂੰ ਅਸੀਂ ਡੇਟ ਉਹਨਾਂ ਤੋਂ ਮੰਗੀ ਜਦੋਂ ਇਹ ਜਗਾ ਫਾਈਨਲ ਹੋਈ ਤੇ ਉਹਨਾਂ ਤੋਂ ਡੇਟ ਮੰਗੀ ਗਈ ਤੇ 28 ਮਾਰਚ ਨੂੰ ਚੰਡੀਗੜ੍ਹ ਆਏ ਤੇ ਇੱਥੇ ਉਹ ਸਾਡੇ ਕੋਲ ਆਏ ਤੇ ਜਦੋਂ ਘਟਨਾ ਤੇ ਉਹਨਾਂ ਨੇ ਸਾਨੂੰ ਇਹਦੀ ਚਾਬੀ ਪਕੜਾਈ ਤੇ ਬਹੁਤ ਚੰਗਾ ਲੱਗਾ ਕਿਉਂਕਿ ਇਹ ਕਾਫੀ ਸਾਲਾਂ ਦੀ ਮੇਨਤ ਸਗੇ ਬਹੁਤ ਜ਼ਿਆਦਾ ਸੀ ਸਟਰਗਲ ਕੀਤਾ ਇਹਦੇ ਵਾਸਤੇ ਬਹੁਤ ਲੜਾਈਆਂ ਲੜੀਆਂ ਇੱਕ ਤਾਂ ਆਪਣੀ ਜ਼ਿੰਦਗੀ ਵਾਸਤੇ ਲੜਦੇ ਹੀ ਆਂ ਪਰ ਰੋਜ਼ਗਾਰ ਵਾਸਤੇ ਵੀ ਬੜਾ ਲੜਾਈ ਲੜਨੇ ਪਈ ਆ ਤੇ ਕਿਉਂਕਿ ਅਸੀਂ ਸਰਕਾਰ ਤੋਂ ਅਸੀਂ ਤਾਂ ਕੁਝ ਮੰਗ ਨਹੀਂ ਰੇ ਸੀ ਸਿਰਫ ਸਿਰਫ ਅਸੀਂ ਜਗ੍ਹਾ ਮੰਗ ਰਹੇ ਸੀ ਕਿ ਸਾਨੂੰ ਇੱਕ ਜਗ੍ਹਾ ਦਿੱਤੀ ਜਾਵੇ ਤਾਂ ਕਿ ਉੱਥੇ ਅਸੀਂ ਨਾ ਫੂਡ ਟਰੱਕ ਜਿਹੜਾ ਖੜਾ ਕਰ ਸਕੀਏ ਚਲੋ ਸਰਕਾਰਾਂ ਨੇ ਜੋ ਵੀ ਉਹਨਾਂ ਦੇ ਮਜਬੂਰੀਆਂ ਰਹੀਆਂ ਹੋਣੀਆਂ ਉਹਨਾਂ ਨੇ ਨਹੀਂ ਦਿੱਤੇ ਲੇਕਿਨ ਇਹ ਜਿਹੜੀ ਜਗ੍ਹਾ ਹੈ ਪਰਸਨਲ ਜਗ੍ਹਾ ਹੈ ਤੇ ਸੰਜੀਵ ਹਨਾ ਜੀ ਤੇ ਆਪਣਾ ਵਨੀਤ ਬੰਸਲ ਇਹਨਾਂ ਦੀ ਆਪਸ ਚ ਇਹਨਾਂ ਨੇ ਗੱਲਬਾਤ ਕੀਤੀ ਸਾਨੂੰ ਇਹਨਾਂ ਨੇ ਫਾਈਨਲੀ ਦੇਖਿਆ ਵੀ ਇਹ ਸਟਰਗਲ ਕਰ ਰਹੇ ਕਾਫੀ ਦਿਨਾਂ ਤੋਂ ਇਹਨਾਂ ਨੇ ਸਾਨੂੰ ਜਗਾ ਦਿੱਤੀ ਤੇ ਬਹੁਤ ਜ਼ਿਆਦਾ ਅਸੀਂ ਬੜੇ ਖੁਸ਼ ਆ ਬਹੁਤ ਜ਼ਿਆਦਾ ਅੱਛਾ ਚੱਲ ਰਿਹਾ ਸਾਡਾ ਤੇ ਅ ਅੱਗੇ ਹੋਰ ਵੀ ਅਸੀਂ ਚਾਹੁੰਦੇ ਕਿ ਹੋਰ ਵਧੇ ਇਹਦੀ ਚੇਨ ਫੂਡ ਚੇਨ ਵੜੇ ਤੇ ਟ੍ਰਾਂਸ ਜੈਂਡਰ ਕਮਿਊਨਿਟੀ ਸਾਡੇ ਨਾਲ ਕੰਮ ਕਰੇ ਬਟ ਸਾਨੂੰ ਜਿਹੜੀ ਲੋੜ ਹੈਗੀ ਉਹ ਐਕਸਪਰਟਸ ਦੀ ਹੈਗੇ ਲਿਕੇ ਜਿਹੜੇ ਜਿਹੜਾ ਸਾਡਾ ਕੰਮ ਹੈ ਇਹ ਸਾਰਾ ਸਕਿੱਲ ਮਤਲਬ ਕੋਈ ਅਸੀਂ ਸਿਖਾ ਨਹੀਂ ਸਕਦੇ ਤੇ ਕਿ ਅਸੀਂ ਅਸੇ ਰੋਜਗਾਰ ਦੇ ਰਹੇ ਆ ਨਾਲੇ ਅਸੀਂ ਬਿਜ਼ਨਸ ਕਰ ਰਹੇ ਆ ਤੇ ਅਸੀਂ ਸਿਖਾ ਨਹੀਂ ਸਕਦੇ ਸਿੱਖ ਕੇ ਉਹ ਕਿਤੇ ਨਾ ਕਿਤੇ ਇਹ ਸਰਕਾਰ ਦੀ ਰਿਸਪੌਂਸਿਬਿਲਟੀ ਹੈ ਜਾਂ ਕਿਸੇ ਦੇ ਵੀ ਜੋ ਵੀ ادارے ਹੈਗੇ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਕਿ ਟ੍ਰਾਂਸਜੈਂਟਰ ਕਮਿਊਨਿਟੀ ਨੂੰ ਸਿਖਾਣ ਕਿ ਟ੍ਰਾਂਸਜੈਂਟਰ ਵੈਲਫੇਅਰ ਬੋਰਡ ਬਣਿਆ ਹੈਗਾ ਤੇ ਉਹਨਾਂ ਦਾ ਕੰਮ ਹੀ ਹੈਗਾ ਕਿ ਉਹ ਬੋਰਡ ਦੀ ਜਿਹੜਾ ਗਵਰਨਮੈਂਟ ਬੋਰਡ ਹੈਗਾ ਉਹਨੂੰ ਉਹਨਾਂ ਦਾ ਕੰਮ ਹੈ ਕਿ ਉਹ ਆਪਣੇ ਟ੍ਰੇਨਿੰਗ ਦੇ ਮਸਤਵਾ ਰੋਜ਼ਗਾਰ ਦੇਣ ਕਈ ਰੋਜ਼ਗਾਰ ਨਹੀਂ ਹੈ ਨਾ ਤਾਂ ਤੁਸੀਂ ਫੂਟ ਟਰੱਕ ਮਾਰੀ ਕਿਉਂ ਸੋਚਿਆ ਕਿ ਫੂਟ ਟਰੱਕ ਹੀ ਜੋ ਹੈ ਕੰਮ ਕੀਤਾ ਜਾਵੇ ਮਤਲਬ ਤੁਹਾਨੂੰ ਖਾਣਾ ਬਣਾਉਂਦਾ ਸ਼ਾਂਤ ਅਸੀਂ ਲਾਕਡਾਊਨ ਦੇ ਜਦੋਂ ਦੇਖਿਆ ਕਿ ਬਹੁਤ ਜ਼ਿਆਦਾ ਪਰੇਸ਼ਾਨੀ ਸੀਗੀ ਤੇ ਪਰੇਸ਼ਾਨੀ ਮਤਲਬ ਕਿ ਸਾਡੇ ਕੋਲ ਰੋਜ਼ਗਾਰ ਤਾਂ ਸੀਗਾ ਨਹੀਂ ਪਹਿਲਾਂ ਤੋਂ ਹੀ ਔਰ ਖਾਣੇ ਪੀਣੇ ਦੀ ਸਾਡੇ ਕੋਲ ਬਹੁਤ ਜ਼ਿਆਦਾ ਕਿਲਤ ਹੋਈ ਅਸੀਂ ਸਾਨੂੰ ਕਿਸੇ ਨੇ ਰਾਸ਼ਨ ਨਹੀਂ ਦਿੱਤਾ ਬਹੁਤ ਪਹਿਲੇ ਮਤਲਬ ਜਦੋਂ ਲਾਕਡਾਊਨ ਸਾਰੇ ਦੁਨੀਆ 'ਚ ਸੀ ਰਾਸ਼ਨ ਵੰਡਿਆ ਜਾ ਰਿਹਾ ਸੀ ਪਰ 트랜ਸਜੈਂਡਰ ਕਮਿਊਨਿਟੀ ਨੂੰ ਕਿਸੇ ਨੇ ਨਹੀਂ ਪੁੱਛਿਆ ਫਿਰ ਉਸ ਤੋਂ ਬਾਅਦ ਸੋਸ਼ਲ ਮੀਡੀਆ 'ਚ ਅਸੀਂ ਇਹਦੀ ਸੋਸ਼ਲ ਮੀਡੀਆ 'ਚ ਇੱਕ ਸਰਕਾਰ ਨੂੰ ਟੈਗ ਕੀਤਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਤੇ ਫਿਰ ਹਲ ਥੋੜਾ ਬਹੁਤ ਸਾਡੇ ਕੋਲ ਪ੍ਰਸ਼ਾਸਨ ਵੱਲੋਂ ਮਦਦ ਆਈ ਉਸ ਤੋਂ ਬਾਅਦ ਫਿਰ ਬੰਦ ਹੋ ਗਈ ਫਿਰ ਅਸੀਂ ਮਿਨਿਸਟਰੀ ਨੂੰ ਮਿਨਿਸਟਰੀ ਆਫ ਸੋਸ਼ਲ ਜਸਟਿਸ ਨੂੰ ਅਪਰੋਚ ਕੀਤਾ ਉਹਨਾਂ ਨੇ ਫਿਰ ਕੁਝ ਪੈਸੇ ਭੇਜੇ 15-1500 ਰੁਪਏ ਉਸ ਤੋਂ ਬਾਅਦ ਫਿਰ ਕੁਝ ਪ੍ਰਾਈਵੇਟ ਏਜੰਸੀਸ ਗਿਆ ਕਿਨੀਰ ਜਿਹੜਾ ਹੈ ਸਰਵਿਸ ਪ੍ਰਾਈਵੇਟ ਲਿਮਿਟਿਡ ਹੈ ਉਹਨਾਂ ਨੇ ਸਾਨੂੰ ਦੋ ਤਿੰਨ ਵਾਰੀ ਰਾਸ਼ਨਸ ਜਿਹੜਾ ਭੇਜਿਆ 200 200 300 300 ਕਿਟ ਭੇਜਿਆ ਤੇ ਮੈਂ ਦੇਖਿਆ ਵੀ ਲੌਂਗਡਾਊਨ ਦਾ ਟਾਈਮ ਖਾਣੇ ਪੀਣੇ ਦਾ ਕੰਮ ਬੰਦ ਨਹੀਂ ਹੋਇਆ ਖਾਣਾ ਪੀਣ ਦਾ ਕੰਮ ਚੱਲਦਾ ਰਿਹਾ ਤੇ ਮੈਡੀਸਨ ਦਾ ਸੋ ਮੈਂ ਇਸ ਕਰਕੇ ਡਿਸਾਈਡ ਕੀਤਾ ਖਾਣ ਦਾ ਗਮ ਕਿ ਇੱਕ ਕੋਈ ਵੀ ਪਰਿਸਥਿਤੀ ਆ ਜਾਵੇ ਕਿੰਨੇ ਵੀ ਮਨ ਖਾਣ ਦਾ ਕੰਮ ਕਦੇ ਬੰਦ ਨਹੀਂ ਹੁੰਦਾ ਤੇ ਦੂਸਰਾ ਜਿਹੜਾ ਫੂਡ ਟਰੱਕ ਦਾ ਜਿਹੜਾ ਹੈਗਾ ਇਹ ਇਸ ਕਰਕੇ ਡਿਸਾਈਡ ਕੀਤਾ ਸੀ ਸ਼ੋਰੂਮ ਵੀ ਕਰ ਸਕਦੇ ਸੀ ਲੇਕਿਨ ਇਹ ਮਤਲਬ ਮੂਵੇਬਲ ਹੈਗਾ ਆਪਾਂ ਕਿਤੇ ਵੀ ਲੇ ਹਾਂਜੀ ਜੇ ਸਾਨੂੰ ਇੱਥੇ ਨਹੀਂ ਦਿੰਦੇ ਦੂਸਰੀ ਗੱਲ ਇਹ ਸਾਰਾ ਜਿਹੜਾ ਥੀਮ ਹੈਗਾ ਨਾ ਪੂਰਾ ਟ੍ਰਾਂਸਜੈਂਡਰ ਦੇ ਉੱਪਰ ਹੈਗਾ ਇਸ ਸਾਰਾ ਡੈਡੀਕੇਟਡ ਟ੍ਰਾਂਸਜੈਂਡਰ ਤੋਂ ਆਪਣੇ ਵੀ ਜਿਹਾ ਹਾਫ ਮੇਲ ਆ ਰੇਨ ਉਹ ਹੈ ਹਾਫ ਮੇਲ ਹਾਫ ਫੀਮੇਲ ਦਾ ਟ੍ਰਿਪਨਸੈਪਟ ਮਤਲਬ ਅਧਨ ਆਰੇਸ਼ਵਰ ਦਾ ਸੋ ਇਹ ਹੈ ਸਾਰਾ ਥੀਮ ਜਿਹੜਾ ਹੈ ਬਣਾਇਆ ਇਹ ਟ੍ਰਾਂਸਜੈਂਡਰ ਕਮਿਊਨਿਟੀ ਨੂੰ ਦੇਖ ਕੇ ਬਣਾਇਆ ਗਿਆ ਤੇ ਇੱਥੇ ਵਿਜ਼ੀਬਲ ਹੈਗਾ ਤੇ ਲੋਕ ਆਉਂਦੇ ਹਨ ਉਹਨਾਂ ਨੂੰ ਬੜਾ ਐਕਸਾਈਟਮੈਂਟ ਹੁੰਦੀ ਵੀ ਦੇਖੀ ਕੀ ਚੀਜ਼ ਹੈ ਨਵੀਂ ਚੀਜ਼ ਹੈ ਸੋ ਕਮਿਊਨਿਟੀ ਨੂੰ ਜਦੋਂ ਦੇਖਦੇ ਤੇ ਬੜੇ ਖੁਸ਼ ਹੁੰਦੇ ਆ ਕੱਲ ਮਤਲਬ ਡੇਲੀ ਕੋਈ ਨਾ ਕੋਈ ਇੱਥੇ ਆਇਆ ਹੁੰਦਾ ਪੂਰਾ ਗਰੁੱਪ ਕੱਲ ਵੀ ਆਇਸੇ ਗਰੁੱਪ ਆਇਆ ਸੀਗਾ ਆਰਗੇਨਾਈਜੇਸ਼ਨ ਆਂਦੀਆਂ ਐਨ ਜੀਓਜ਼ ਆਂਦੀਆਂ ਬੜੇ ਅਪਰੀਸ਼ੀਏਟ ਕਰਦੇ ਆ ਕਿ ਅਸੀਂ ਪਹਿਲੀ ਵਾਰੀ ਐਦਾਂ ਕੋਈ ਦੇਖਿਆ ਵੀ ਨੌਰਥ ਇੰਡੀਆ 'ਚ ਕਦੀ ਸੁਨਿਆ ਨਹੀਂ ਸੀਗਾ ਵੀ ਟਰਾਂਸ ਜੈਂਡਰ ਕਮਿਊਨਿਟੀ ਕੰਮ ਕਰ ਰਹੀ ਹੈ ਸੋ ਅੱਛਾ ਲੱਗਦਾ ਹੈ ਔਰ ਇਸ ਕਰਕੇ ਸੇ ਡਿਸਾਈਡ ਕੀਤਾ ਵੀ ਇਹਦੇ ਨਾਲ ਅਵੇਅਰਨੈਸ ਵੀ ਆਏਗੀ ਇੱਕ ਭਾਈਚਾਰਾ ਵੀ ਵਧੇਗਾ ਜਿਹੜਾ ਗੈਪ ਹੈਗਾ ਸੋਸਾਇਟੀ ਵਿੱਚ ਟਰਾਂਸ ਜੈਂਡਰ ਕਮਿਊਨਿਟੀ ਤੇ ਸੋਸਾਇਟੀ ਵਿੱਚ ਤੇ ਦੋਨੋਂ ਵਿੱਚ ਗੈਪ ਹੈ ਉਹ ਗੈਪ ਇਸ ਕਰਕੇ ਹੈ ਕਿਉਂਕਿ ਸੋਸਾਇਟੀ ਆਪਸੇ ਮਿਲਦੀ ਨਹੀਂ ਹੈਗੀ ਲੋਕ ਗੱਲਬਾਤ ਨਹੀਂ ਕਰਦੇ ਆ ਸਿਚੁਏਸ਼ਨਸ ਨੇ ਕੀ ਹੈ ਇੱਕ ਅਵਰਸਿਟੀ ਸਾਨੂੰ ਪਈਆਂ ਚੇਅਰਸ ਪਰ ਇਹ ਇਸ ਕਰ ਖਰੀਦੇ ਆ ਵੀ ਆ ਕੇ ਬੈਠਣ ਗੱਲਬਾਤ ਕਰਨ ਸਾਡੇ ਨਾਲ ਮੈਂ ਇੱਥੇ ਬੈੰਦੀ ਆ ਗੱਲਬਾਤ ਕਰਦੇ ਆ ਲੋਕਾਂ ਨੂੰ ਬੱਚਿਆਂ ਨੂੰ ਮਿਲਦੀਆਂ ਤੁਸੀਂ ਮੇਰੇ ਇੰਸਟਾਗ੍ਰam 'ਚ ਵੀ ਦੇਖੋਗੇ ਮੈਂ ਬੱਚਿਆਂ ਨਾਲ ਵੀ ਮੈਂ ਫੋਟੋ ਰੀਲਸ ਬਣਾਉਂਦੀ ਆਂ। ਸੋ ਮਤਲਬ ਤੁਹਾਨੂੰ ਐਕਟਿੰਗ ਦਾ ਵੀ ਸ਼ੌਕ ਰਿਹਾ ਹੈ ਜਿੱਦਾਂ ਅਸੀਂ ਤੁਹਾਡੀ ਰੀਲਸ ਦੇਖੀ ਹੈ। ਨਹੀਂ ਫਿਰੋ ਦੇਖੋ ਕਿੰਨਰ ਤਾਂ ਜਨਮ ਜਨਮ ਜਾਤੇ ਐਕਟਰ ਹੁੰਦੇ। ਸੋ ਸਾਨੂੰ ਨਾ ਗਾਣ ਦਾ ਹੁੰਦਾ ਸ਼ੌਕ, ਨੱਚਣ ਦਾ ਸ਼ੌਕ ਹੁੰਦਾ, ਖਾਣ ਪੀਣ ਦਾ ਸ਼ੌਕ ਹੈ, ਖਾਣਾ ਬਣਾਉਣ ਦਾ ਸ਼ੌਕ ਹੁੰਦਾ। ਹਰ ਇੱਕ ਦਾ ਘਰ ਬਣਾਉਂਦੀ। ਘਰ ਵਿੱਚ ਜੋ ਵੀ ਕੰਮ ਹੁੰਦੇ ਸਾਨੂੰ ਬੜੇ ਸ਼ੌਕ ਹੁੰਦੇ। ਇਸ ਕਰਕੇ ਵੀ ਹੈ। अपने आ, वो ना नाम स्वीकार रखा है आ, ना एक ही सोच के भी स्वीकारी स्वीकार ही रख स्वीकार मेरा हमेशा वी नीड ओनली एक्सेप्टेंस जो आ जाएगी सोसायटी तो जोड़ा गैप है वह भी uh, कटेगा है और uh, गैप uh, क्यों किटेगा कि मिलना जुलना होगा ਅਸੀਂ ਆਪਣੇ ਹੱਥ ਨਾਲ ਲੋਕਸ ਹੁੰਦੇ ਆਂਟਚੇਬਿਲਟੀ ਵੀ ਹੁੰਦੀ ਆ ਇਹ ਵੀ ਰਿਮੂਵ ਹੋਏਗੀ ਵੀ ਲੋਕ ਡਰਦੇ ਸਟੈਬੋਸ ਹੈ ਦੇਖ ਕੇ ਡਰ ਜਾਂਦੇ ਆ ਤੇ ਉਹ ਜਿਹੜਾ ਜਿਹੜਾ ਟੈਬੂਸ ਹੈ ਉਹ ਖਤਮ ਕਰਨਾ ਜਿਹੜੇ ਸਟੀਰੀਓਟਾਈਪਸ ਸਾਡੀ ਸੋਚ ਬਣੀ ਹੈ ਉਹ ਵੀ ਖਤਮ ਕਰਨਾ ਐਂਡ ਇਹ ਬੜਾ ਹੀ ਪਰਸਨਲ ਚੀਜ਼ ਹੈ ਖਾਣਾ ਖਾਣਾ ਜਿਹੜਾ ਹੈ ਬੜਾ ਬਹੁਤ ਪਰਸਨਲ ਹੈ ਉਹਦੇ ਨਾਲ ਨਹੀਂ ਹੁੰਦਾ ਕਿ ਅਸੀਂ ਉਹਨੇ ਉਹਦੇ ਅੰਦਰ ਜਿਹੜੀ ਫੀਲਸ ਹੁੰਦਾ ਨਾ ਜੈਸ ਫੀਲ ਕਰਦੇ ਖਾਣਾ ਖਾਂਦੇ ਕੋਈ ਤੇ ਜਦੋਂ ਸਾਡੇ ਜਿਹੜਾ ਫੂਡ ਹੈ ਜਦੋਂ ਟੇਸਟ ਕਰਦੇ ਖਾਣਾ ਖਾਂਦੇ ਤਾਂ ਉਹਨਾਂ ਨੂੰ ਫੀਲ ਹੁੰਦਾ ਹੈ ਦੇ ਫ੍ਰੀਜ਼ੀ ਸਾਨੂੰ ਬੜੀ ਤਾਰੀਫ ਕਰਦੇ ਵੀ ਇੱਥੇ ਆ ਕੇ ਸਾਨੂੰ ਫੀਲ ਹੁੰਦਾ ਕਿ ਵੀ ਬਹੁਤ ਜ਼ਿਆਦਾ ਤੁਸੀਂ ਮਿਹਨਤ ਕਰਦੇ ਤੇ ਬੜੀ ਕੁਆਲਿਟੀ ਹੈ ਕੁਆਂਟੀਟੀ ਬਹੁਤ ਵਧੀਆ ਤੇ ਜਿਹੜੇ ਅਸੀਂ ਸੁਣਿਆ ਸੀ ਵੀ ਡਰਾਜੈਂਡਰ ਕਮਿਊਨਿਟੀ ਬੜੀ ਵਫਾਦਾਰ ਹੁੰਦੀ ਹੈ ਆ ਔਰ ਕੁਝ ਗਲਤ ਵੀ ਸੁਣਿਆ ਉਹ ਵੀ ਸਾਰੇ ਟੁੱਟ ਰਹੇ ਹਨ ਹੈਨਾ ਸਾਰੀ ਚੀਜ਼ਾਂ ਟੁੱਟ ਰਹੀਆਂ ਤੋਂ ਇਸੋ ਇਸ ਕਰਕੇ ਵੀ ਸੀ کافی ਬੁਰਾ ਵਕਤ ਦੇਖਿਆ ਆਪਣੇ ਪਾਸ ਦੇ ਵਿੱਚ ਹੈ ਨਾ ਤੇ ਕਈ ਲੋਕ ਜੋ ਹੈ ਟੀਜ਼ ਵੀ ਕਰਦੇ ਹੋਣਗੇ ਤੁਹਾਨੂੰ ਤੇ ਹੁਣ ਵੀ ਇਹ ਦੇਖਣਾ ਪੈਂਦਾ ਤਾਂ ਟੀਜ਼ਿੰਗ ਦਾ ਸਾਹਮਣਾ ਕਰਨਾ ਪੈਂਦਾ ਨਹੀਂ ਟੀਜ਼ ਵਗੈਰਾ ਤਾਂ ਜੋ ਪਹਿਲੇ ਤਾਂ ਜ਼ਿਆਦਾ ਹੁਣ ਵੀ ਕਰਦੇ ਹੋਣ ਪਰ ਮੈਂ ਬਦਰ ਨਹੀਂ ਕਰਦੇ ਹੁਣ ਪਰ ਔਰ ਦੂਸਰੀ ਗੱਲ ਲੋਕ ਹਿੰਮਤ ਨਹੀਂ ਕਰਦੇਗੇ ਪਹਿਲੇ ਹਿੰਮਤ ਕਰ ਦਿੰਦੇ ਸੀ ਲੋਕ ਕਾਫੀ ਬੁਰਾ ਦੌਰ ਵੀ ਦੇਖਿਆ ਮੈਂ ਲੇਕਿਨ ਹੁਣ ਲੋਕਾਂ ਦੇ ਅੰਦਰ ਹਿੰਮਤ ਹਿੰਮਤ ਤੇਗੇ ਕਿਉਂਕਿ ਮੇਰਾ ਇੱਕ ਤਾਂ ਸਟੇਟਸ ਵੀ ਵੱਧ ਗਿਆ ਹੈ ਪੈਰਾਂ ਤੇ ਖੜੀ ਹਾਂਜੀ ਪੈਰਾਂ ਤੇ ਖੜੀ ਖੜੀ ਹੋ ਗਈ ਨਾਲੇ ਲੋਕਾਂ ਦੇ ਵਿੱਚ ਮੇਰਾ ਜਿਆਦਾ ਮੈਂ ਜਾਨ ਮਤਲਬ ਮੇਰੀ ਪਛਾਣ ਬਣ ਗਈ ਹੈ ਲੋਕ ਮੈਨੂੰ ਜਾਣਦੇ ਆ ਹਰ ਇੱਕ ਡਿਪਾਰਟਮੈਂਟ 'ਚ ਮੇਰੀ ਜਾਣ ਪਛਾਣ ਹੈ ਪੁਲਿਸ ਵੀ ਅੱਛਾ ਮੇਰਾ ਇੱਥੇ ਸਪੋਰਟ ਹੈ ਤੁਸੀਂ નીચે ਜਦੋਂ ਫੂਡ ਬੈਂਡ ਦਾ ਦੇਖਿਆ ਕਵਰ ਕਿਹਦਾ ਤੇ ਉਹਦੇ ਵਿੱਚ ਪੰਜਾਬ ਪੁਲਿਸ ਦੇ ਵੀ ਲੋਗੋ ਲੱਗੇ ਆ ਤੇ ਪੰਜਾਬ ਪੁਲਿਸ ਸਾਂਝਵੇਂ ਸਾਨੂੰ ਹੈਲਪ ਕਰ ਰਹੀ ਹੈ ਮਦਦ ਕਰ ਰਹੀ ਹੈ ਸਪੋਰਟ ਕਰ ਰਹੀ ਹੈ ਸੋ ਇਹਦੇ ਵਿੱਚ ਜਿਹੜੇ ਹੋਰ ਵੀ ਚੀਜ਼ਾਂ ਸਿਰਫ ਫੂਡ ਟਰੱਕ ਦੇਣ ਨਾਲ ਹੀ ਨਹੀਂ ਸਭ ਕੁਝ ਹੁੰਦਾ ਉਹਦੇ ਨਾਲ ਨਾਲ ਬਾਕੀ ਸਾਰੀਆਂ ਚੀਜ਼ਾਂ ਉਹ ਵੀ ਲੁਧਿਆਣਾ ਦੇ ਕੁਝ ਗਰੁੱਪਸ ਹੈ ਪਰਮਜੀਤ ਪਾਸੀ ਹੈ ਉਹ ਤੇ ਪ੍ਰੋਫੈਸਰ ਹੈ ਗਵਰਨਮੈਂਟ ਕਾਲਜ ਚ ਉਹਨਾਂ ਦੇ ਨਾਲ ਦੇ ਸਾਥੀ ਆ ਵਾਗਾ ਵੀਰ ਜੀ ਹੋਰ ਪੰਮੀ ਸਿੱਧੂ ਹੈ ਇੱਕ ਆਪਣਾ ਮਨੁੱਖਤਾ ਦੀ ਸੇਵਾ ਤੇ ਆਰਗੇਨਾਈਜੇਸ਼ਨ ਉਹ ਵੀ ਸਾਨੂੰ ਕਾਫੀ ਅੱਛਾ ਸਪੋਰਟ ਕਰ ਰਹੇ ਹਨ ਤੇ ਨਾਲ-ਨਾਲ ਕਾਫੀ ਸਾਰੇ ਲੋਕ ਹੈ ਜਿਹੜੇ ਸਾਨੂੰ ਸਪੋਰਟ ਕਰ ਰਹੇ ਹਨ ਔਰ ਸਪੋਰਟ ਸਿਰਫ ਪੈਸੇ ਆਦਾ ਨਹੀਂ ਹੁੰਦਾ ਸਪੋਰਟ ਮੋਰਲ ਬਿਆ ਹੁੰਦਾ ਇਮੋਸ਼ਨਸ ਵੀ ਹੁੰਦੇ ਹਨ ਔਰ ਸਾਡੇ ਨਾਲ ਖੜਨਦਾ ਵੀ ਹੁੰਦਾ ਸੋ ਲੋਕਾਂ ਦਾ ਵਿੱਚ ਬਹੁਤ ਸਾਰੇ ਹਰੇਕ ਇਨਸਾਨ ਦਾ ਸੀ ਧੰਨਵਾਦ ਜਿਹੜੇ ਸਾਡੇ ਨਾਲ ਖੜੇ ਸੋ ਜਦੋਂ ਨਾਲ ਖੜਦੇ ਜਿਸ ਤਰ੍ਹਾਂ ਤੁਸੀਂ ਵੀਡੀਓਜ਼ ਬਣਾਉਂਦੇ ਹੋ ਤੇਈ ਮਤਲਬ ਦਰਜਣਾਂ ਵੀਡੀਓ ਬਣ ਗਈਆਂ ਤੇ ਜਿਹੜੇ ਲੋਕ ਮੇਨੂੰ ਬੁਰੀ ਨਜ਼ਰ ਨਾਲ ਵੀ ਦੇਖਦੇ ਸੀ ਜਾਂ ਉਹਨਾਂ ਨੂੰ ਲੱਗਦਾ ਸੀ ਐਵੇਂ ਹੀ ਹਨ ਪਰ ਜਦੋਂ ਦੇਖਦੇ ਵੀ ਉਹ ਮੇਰੇ ਵੀਡੀਓਜ਼ ਬਣ ਰਹੀਆਂ ਕਾਫੀ ਸਾਰੇ ਵਾਇਰਲ ਹੋ ਰਹੀਆਂ ਉਹਦੇ ਨਾਲ ਵੀ ਲੋਕਾਂ 'ਚ ਫਰਕ ਪਿਆ ਤੇ ਜਦੋਂ ਆਇਸ਼ਮਾਨ ਖੁਰਾਨਾ ਆਇਆ ਉਸ ਤੋਂ ਪਹਿਲੇ ਵੀ ਲੋਕ ਮੈਨੂੰ ਬੜੇ ਹਲਕੇ ਨਾਲ ਲੈ ਰਹੇ ਸੀ ਕਿ ਪਤਾ ਨਹੀਂ 2-4 ਦਿਨ ਰਹਿਣਗੇ ਉਸ ਤੋਂ ਬੰਦ ਕਰਕੇ ਚੱਲ ਜਾਣਗੇ ਤੇ ਜਦੋਂ ਆਇਸ਼ਮਾਨ ਖੁਰਾਨਾ ਆਇਆ ਕਾਫੀ ਅੱਛਾ ਰਿਸਪੌਂਸ ਆ ਲੋਕਾਂ ਨੇ ਦੇਖਿਆ ਵੀ ਇਹ ਵੀ ਇਹ ਕੋਈ ਛੋਟਾ ਮोटा ਇਨਸਾਨ ਨਹੀਂ ਹੈਗਾ ਹਨਾ ਜੀ ਦੇ ਤੇ ਇੱਥੇ ਡੀਆਈਜੀ ਤੱਕ ਮੇਰੀ ਉਹਨਾਂ ਨੇ ਵੀ ਆਣਾ ਸੀਗਾ ਬਟ ਉਹਨਾਂ ਨੇ ਆਪਣੇ ਅੱਗੇ ਨੁਮਾਇੰਦੇ ਭੇਜੇ ਸੀਗੇ ਹਨਾ ਸੋ ਇਸ ਤਰ੍ਹਾਂ ਦੀ ਚੀਜ਼ਾਂ ਇੱਥੇ ਦੇਖਿਆ ਲੋਕਾਂ ਨੇ ਤੇ ਲੋਕ ਲੋਕੇ ਕਹਿੰਦੇ ਵੀ ਇਹ ਸੈਲੀਬ੍ਰਿਟੀ ਹੈ ਸਟੇ ਤੁਮ ਲੰਦਾ ਕਿਤੇ ਹੋ ਕੀ ਕੋਈ ਆਪਣੀ ਕੋ ਫਿਲਮ ਪ੍ਰਮੋਟ ਕਰਨ ਆਏ ਹੋਣਗੇ ਨਹੀਂ ਫਿਲਮ ਦਾ ਕੋਈ ਇੱਥੇ ਜ਼ਿਕਰ ਨਹੀਂ ਹੋਇਆ ਕਿਉਂਕਿ ਸਿਰਫ ਅੱਜ ਇਹ ਕੋਈ 2-4 ਮਹੀਨੇ ਦੀ ਗੱਲ ਨਹੀਂ ਤਾਂ 2022 ਤੋਂ ਸ਼ੁਰੂ ਹੋ ਗਿਆ ਸੀ ਸਾਡਾ ਕੰਮ ਜੀ 2 April 2022 'ਚ ਉਹਨਾਂ ਨੇ ਇਹ ਪ੍ਰੋਜੈਕਟ ਸਾਡਾ ਮਨਜ਼ੂਰ ਕੀਤਾ ਸੀ ਗਾਂ ਜੀ ਉਸ ਤੋਂ ਬਾਅਦ 2 ਸਾਲ ਹੋ ਗਏ ਸਾਨੂੰ ਲਗ ਤਕਰੀਬਨ ਤਕਰੀਬਨ 2 ਸਾਲ ਹੋ ਗਏ ਤੇ 2 ਸਾਲ ਬਾਅਦ ਜਿਹੜਾ ਕੋਈ ਫਿਲਮ ਦਾ ਕੋਈ ਉਹਨਾਂ ਦੀ ਜਿਹੜਾ ਫਿਲਮ ਬਣ ਰਹੀ ਸੀਗੀ ਉਸ ਟਾਈਮ ਉਹਨਾਂ ਦੀ ਫਿਲਮ ਸੀਗੀ ਚੰਡੀਗੜ੍ਹ ਕਰਿਆਸ਼ਕੀ ਹਾਂਜੀ ਤੇ ਉਹ ਜੇ ਪ੍ਰੋਮੋਸ਼ਨ ਹੁੰਦੀ ਤਾਂ ਉਸ ਸਮੇਂ ਉਹਨਾਂ ਦੀ ਉਸ ਉਸ ਫਿਲਮ ਦੀ ਪ੍ਰੋਮੋਸ਼ਨ ਹੋਣੀ ਸੀ ਜੋ ਕਿ 트랜ਸਜੈਂਡਰ ਦੇ ਉੱਪਰ ਹੈ ਬਾਕੀ ਫਿਲ ਮਦਦ ਦੇ ਟ੍ਰਾਂਸਜੈਂਡਰ ਤੋਂ ਉੱਪਰ ਨਹੀਂ ਹੈਗੀ ਨਵੇਂ ਉਹ ਪ੍ਰੋਮੋਸ਼ਨ ਕਰਨ ਆਏ ਸੀ ਉਹਨਾਂ ਨੇ ਸਿੱਧਾ ਜਿਹੜਾ ਉਹਨਾਂ ਦਾ ਮੈਂ ਦੇਖਿਆ ਬਿਆਨ ਸੀਗਾ ਵੀ ਮੈਂ ਟ੍ਰਾਂਸਜੈਂਡਰ ਕਮਿਊਨਿਟੀ ਨੂੰ ਸਪੋਰਟ ਕਰਨਾ ਚਾਹੁੰਦਾ ਤੇ ਇੱਕ ਹੁੰਦੇ ਰੀਅਲ ਲਾਈਫ ਤੇ ਉਹ ਰੀਅਲ ਲਾਈਫ 'ਚ ਵੀ ਕਰਨਾ ਚਾਹੁੰਦੇ ਆ ਇਸ ਕਰਕੇ ਉਹਨਾਂ ਨੇ ਹੀ ਸਪੋਰਟ ਦਿੱਤਾ ਐਂਡ ਮੈਨੂੰ ਉਹ ਵੀ ਅਚਾਨਕ ਹੀ ਉਹ ਮਿਲੇ ਸੀਗੇ ਉਹਨਾਂ ਦਾ ਜਿਹੜਾ ਬਚਪਨ ਜਿੱਥੇ ਉਹ ਗੁਜ਼ਰਿਆ ਸਕੂਲ ਜਿਹੜਾ ਸੀਗਾ ਉਹ ਸੈਂਡੋਂ ਸਕੂਲ ਟਿਲ ਨਨਪੜਾਈ ਕੀਤੀ ਹੈ ਤੇ ਉੱਥੇ ਮਿਸਿਸ ਕਵਿਤਾ ਦਾਸ ਪ੍ਰਿੰਸੀਪਲ ਰਹੀ ਹੂੰ ਤੇ ਉਹਨਾਂ ਦੇ ਕਰਕੇ ਮੇਰੀ ਜਾਣ ਪਛਾਣ ਹੋਈ ਉਹਨਾਂ ਦੇ ਨਾਲ ਤੇ ਉਹਨਾਂ ਨੇ ਅੱਗੇ ਗੱਲ ਕੀਤੀ ਤੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੁਹਾਨੂੰ ਅਸੀਂ ਮਦਦ ਕਰਨਾ ਚਾਹੁੰਦੇ ਹਾਂ ਤੇ ਫਿਰ ਮੈਂ ਉਹਨਾਂ ਨੂੰ ਉੱਤਰ ਦੱਸੀਆ ਤਾਂ ਰੋਜ਼ਗਾਰ ਦੀ ਗੱਲ ਕਰੀਏ ਤਾਂ ਤੁਸੀਂ ਹੋਰ ਕਿੰਨੇ ਟ੍ਰਾਂਸਜੈਂਡਰਸ ਨੂੰ ਇੱਥੇ ਰੋਜ਼ਗਾਰ ਦੇ ਰਹੇ ਹੋ ਜਾਂ ਤੁਹਾਨੂੰ ਕੋਈ ਹੋਰ ਅਪਰੋਚ ਵੀ ਕਰ ਰਹੇ ਨੇ ਕਿ ਸਾ ਦੇਖੋ ਅਸੀਂ ਫਿਲਹਾਲ ਤਾਂ ਦੋ ਲੋਕ ਅਸੀਂ ਕੰਮ ਕਰ ਰਹੇ ਆ ਤੇ ਬਾਕੀ ਲੋਕਾਂ ਨੂੰ ਅਸੀਂ ਅਪਰੋਚ ਕਰ ਰਹੇ ਆ ਕੋਈ ਟ੍ਰੈਂਡ ਬੰਦਾ ਸਾਨੂੰ ਚਾਹੀਦਾ ਹੈ ਅਗਰ ਕੋਈ ਟ੍ਰੈਂਡ ਬੰਦਾ ਮਿਲ ਜਾਏ ਕਮਿਊਨਿਟੀ ਤੋਂ ਹੀ ਜੋ ਚਾਈਨੀਜ਼ ਫੂਡ ਸੇ ਕਿਉਂਕਿ ਅਸੀਂ ਇੱਥੇ ਚਾਈਨੀਜ਼ ਫੂਡ ਦਾ ਰੱਖਿਆ ਅਸੀਂ ਹੋਰ ਵੀ ਕਮਿਊਨਿਟੀ ਤੋਂ ਸਿਗੇ ਇੱਕ ਦੋ ਬੰਦੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਅਪਰੋਚ ਕੀਤਾ ਲੇਕਿਨ ਉਹ ਚਾਈਨੀਜ਼ ਫੂਡ ਵਿੱਚ ਐਕਸਪਰਟ ਨਹੀਂ ਹੈ ਕਿਉਂਕਿ ਇੱਥੇ ਸ਼ਾਮ ਨੂੰ ਚਾਈਨੀਜ਼ ਫੂਡ ਦਾ ਕਾਫੀ ਕ੍ਰੇਜ਼ ਹੈਗਾ ਤੇ ਅਸੀਂ ਇਹੀ ਕਰ ਗਏ ਵਾਕਈ ਅਸੀਂ ਇੱਥੇ ਪੈਸਾ ਕਮਾਉਣ ਵਾਸਤੇ ਖੜੇ ਆ ਮੈਂ ਤਾਂ ਸੋਸ਼ਲ ਵਰਕ ਨਹੀਂ ਸੋਸ਼ਲ ਵਰਕ ਮੈਂ 20 ਸਾਲ ਤੱਕ ਲਿਆ ਸੋਸ਼ਲ ਵਰਕ ਕੀਤਾ ਸੋਸ਼ਲ ਵਰਕ 트랜스젠ਡਰ ਕਮਿਊਨਿਟੀ ਅੱਜ ਅਸੀਂ ਇੱਥੇ ਖੜੇ ਆ ਤੁਸੀਂ ਸਾਰੇ ਜਿੱਥੇ ਜਾਓਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਉੱਥੇ ਸੈਪਰੇਟ ਵਾਸ਼ਰੂਮ ਹੈ ਫ੍ਰੀ ਐਜੂਕੇਸ਼ਨ ਹੈ ਸੈਪਰੇਟ ਹੌਸਟਲ ਹੈ ਫ੍ਰੀ ਹੌਸਟਲ ਹੈ 트랜ਸਜੈਂਡਰ ਵੈਲਫੇਅਰ ਬੋਰਡ ਬਣਿਆ ਹੈ ਐਂਟੀ ਡਿਸਕ੍ਰਿਮੀਨੇਸ਼ਨ ਸੈੱਲ ਬਣਿਆ ਹੈ ਤੇ ਪੰਜਾਬ ਪੁਲਿਸ 'ਚ ਅਜੇ ਜੈਂਡਰ ਕਾਲਮ ਐਡ ਹੋਇਆ ਹੈ। ਮਤਲਬ ਤੁਸੀਂ ਕਈ ਬਦਲਾਅ ਕੀਤੇ। ਬਹੁਤ سارے ਮਤਲਬ ਇਹ ਰਿਵਲੂਸ਼ਨ ਨਹੀਂ ਇੱਕ ਤਰ੍ਹਾਂ ਦੇ ਹਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਕੋਈ ਉਹ ਛੋਟਾ ਜਿਹਾ ਕੰਮ ਕਰਨਾ ਲਉ ਉਹਨੂੰ ਬਹੁਤ ਵੱਡਾ ਚੜਾ ਕੇ ਮੈਂ ਤਾਂ ਦਰਜਨੋਂ ਕੰਮ ਜਿਹੜੇ ਕਿਤੇ ਆ ਜੋ 트랜ਸਜੈਂਡਰ ਕਮਿਊਨਿਟੀ ਉਹਨਾਂ ਉੱਥੇ ਪੜਨ ਨਾ ਪੜਨ ਮੇਰੀ ਸਿਰਦਰਦੀ ਨਹੀਂ ਹੈਗੀ। ਮੈਂ ਜੋ ਕੰਨ ਕਰਨਾ ਸੀ ਕਰ ਲਿਆ ਠੀਕ ਹੈ ਨਾ ਉੱਥੇ ਸਾਰਾ ਕੁਝ ਮੈਂ ਇਨਫਰਾਸਟ੍ਰਕਚਰ ਡਿਵੈਲਪ ਕਰ ਲਿਆ। ਉਹਨਾਂ 트랜ਸਜੈਂਡਰ ਕਮਿਊਨਿਟੀ ਦੀ ਰਿਸਪਾਂਸਿਬਿਲਟੀ ਹੈ ਉੱਥੇ ਜਾਣ ਪੜਨ। ਠੀਕ ਹੈ ਨਾ ਮੈਂ ਹੁਣ ਹੱਥ ਫੜ ਕੇ ਤਾਂ ਨਹੀਂ ਲਿਜਾ ਸਕਦੀ ਆ ਇਹ ਹਰ ਇੱਕ ਦੀ ਰਿਸਪੌਂਸਿਬਿਲਟੀ ਹੈ ਜਿਹੜਾ ਪੜਨਾ ਚਾਹੁੰਦਾ ਸੋਚ ਹੈ ਅਗਰ ਸੋਚ ਸੋਚ ਵਧੀਆ ਕਿ ਅਸੀਂ ਬਦਲਣਾ ਹੈ ਆਪਣੇ ਸਮਾਜ ਨੂੰ ਖੁਦ ਨੂੰ ਬਦਲਣਾ ਹੈ ਜਦੋਂ ਖੁਦ ਨੂੰ ਬਦਲਾਂਗੇ ਤਾਂ ਹੀ ਅਸੀਂ ਇੱਥੇ ਮੈਂ ਜਿਹੜਾ ਇਹ ਫੂਡ ਟਰੱਕ ਵੀ ਹੈ ਇਹ ਵੀ ਇਸੇ ਕਰਕੇ ਕਿ ਮੈਂ ਪਹਿਲੇ ਖੁਦ ਨੂੰ ਬਦਲਾ ਬਦਲਾ ਮੈਂ ਤਾਂ ਮੈਂ ਇਕਨੋਮਿਕਲ ਜਿਹੜਾ ਮੇਰਾ ਸਟੇਟਸ ਨਾ ਫਾਈਨੈਂਸ਼ੀਅਲ ਸਟੇਟਸ ਹੈ ਉਸ ਨੂੰ ਥੋੜਾ ਬਦਲਣਾ ਚਾਹੁੰਦੀ ਹੁਣ ਮੈਂ ਹਮੇਸ਼ਾ ਗਰੀਬੀ ਹਾਲਤ 'ਚ ਤਾਂ ਨਹੀਂ ਰਹਿ ਸਕਦੀ ਨਾ ਕੋਈ ਟੀਨ ਛੱਤੇ ਜਾਂ ਚੁੱਗੀ ਚੌਪੜੀ 'ਚ ਤਾਂ ਰਹਿ ਨਹੀਂ ਸਕਦੀ ਮੈਨੂੰ ਵੀ ਆਪਣਾ ਸਟੇਟਸ ਬਦਲਣਾ ਹੈ ਮੈਂ ਫਾਈਨੈਂਸ਼ੀਅਲ ਸਟਰੋਂਗ ਹੋਣਾ ਚਾਹੁੰਦੀ ਹਾਂ ਤਾਂ ਕਿ ਮੇਰੀ ਗੱਲ ਨੂੰ ਲੋਕ ਸੁਣਨ ਅੱਜ ਕੱਲ੍ਹ ਤਾਂ ਪਤਾ ਹੀ ਜਦ ਤੱਕ ਫਾਈਨੈਂਸ਼ੀਅਲ ਐਸੇ ਸਟਰੋਂਗ ਨਹੀਂ ਹੁੰਦੇ ਤਦ ਤੱਕ ਕੋਈ ਨਹੀਂ ਸੁਣਦਾ ਜਦੋਂ ਸਾਡੇ ਕੋਲ ਪੈਸਾ ਹੁੰਦਾ ਮੈਂ 10 ਜਗ੍ਹਾ ਜਾ ਸਕਦੀ ਹਾਂ ਮੈਂ ਕਈ ਵਾਰੀ ਮਨਾਂ ਕਰਦੇ ਕੋਈ ਮੈਨੂੰ ਬੁਲਾਉਂਦਾ ਹੈ ਕਿਸੇ ਪ੍ਰੋਗਰਾਮ 'ਚ ਸੋ ਅਗਰ ਉਹਨਾਂ ਕੋਲ ਆਣ ਜਾਣ ਦਾ ਕੋਈ ਸਾਧਨ ਨਹੀਂ ਮੈਨੂੰ ਲਿਜਾਣ ਦਾ ਮੈਂ ਆਪ ਤਾਂ ਨਹੀਂ ਜਾ ਸਕਦੀ ਨਾ ਆਪਣੇ ਪੈਸੇ ਖਰਚ ਕਰਕੇ ਸੋ ਇਸ ਕਰਕੇ ਮੈਂ ਆਪਣਾ ਜਿਹੜਾ ਫਾਈਨੈਂਸ਼ੀਅਲ ਸਟੇਟਸ ਹੈ ਉਹ ਵਧਾਣਾ ਚਾਹੁੰਦੀ ਮੈਂ ਨਾਲ ਨਾਲ ਬਾਕੀ 트랜ਜ਼ੀਟਰ ਕਮਿਊਨਿਟੀ ਨੂੰ ਵੀ ਇੱਕ ਸਟੇਟਸ ਪਾਇਆ ਸੀ ਆਪਣੇ ਫੇਸਬੁੱਕ 'ਚ ਵੀ ਤੇ ਇੰਸਟਾਗ੍ਰam 'ਚ ਵੀ ਤੇ ਤੁਸੀਂ ਕੋਈ ਵੀ ਅਗਰ ਕੋਈ 트랜ਜ਼ੀਟਰ ਕਮਿਊਨਿਟੀ ਨੂੰ ਜਾਣਦਾ ਹੈ ਜਾਂ ਉਹ ਇਸ ਮੈਸੇਜ ਨੂੰ ਪੜ ਰਹੇ ਹਨ ਅਗਰ ਉਹ ਐਕਸਪਰਟ ਨੇ ਫੂਡ ਬਿਜ਼ਨਸ 'ਚ ਜਾਂ ਚਾਈਨੀਜ਼ ਫੂਡ 'ਚ ਤੇ ਸਾਡੇ ਕੋਲ ਅਪਰੋਚ ਕਰਨ ਤੇ ਅਸੀਂ ਉਹਨਾਂ ਨੂੰ ਜੌਬ ਦਵਾਉਂਦੇ ਲੇਕਿਨ ਜੋ ਬੱਚੇ ਬਾਹਰ ਆ ਰਹੇ ਜੋ ਆਪਣਾ ਸੜਕਾਂ 'ਚ ਸੈਕਸ ਵਰਕ 'ਚ ਹੈਗੇ ਆ ਜੋ ਭੀਕ ਮੰਗ ਰਹੇ ਸੜਕਾਂ 'ਚ ਲਾਈਟਾਂ ਤੇ ਉਹਨਾਂ ਨੂੰ ਮੈਂ ਕਹੂੰਗੀ ਕਿ ਉਹ ਆਣ ਤੇ ਪਹਿਲੇ ਪਹਿਲੀ ਗੱਲ ਤਾਂ ਪੜਨ ਠੀਕ ਹੈ ਨਾ ਜਿੰਨਾਂ ਦੀ ਪੜਾਈ ਛੁੱਟ ਗਈ ਉਹ ਪੜਾਈ ਸ਼ੁਰੂ ਕਰਨ ਪੜਨ ਅੱਗੇ ਵਧਨ ਪੜਾਈ ਨਾਲ ਬਹੁਤ ਸਾਰੀ ਚੀਜ਼ਾਂ ਬਦਲ ਜਾਂਦੀ ਇੱਕ ਤਾਂ ਇਨਸਾਨ ਖੁਦ ਵੀ ਬਦਲ ਜਾਂਦਾ ਉਹਦੀ ਸੋਚ ਬਦਲ ਜਾਂਦੀ ਹੈ ਉਸ ਤੋਂ ਬਾਅਦ ਉਸ ਨੂੰ ਫਿਰ এন ਐਨਲਾਈਟਨਮੈਂਟਿਕ ਜਾਗਰੂਕਤਾ ਆਂਦੀ ਕਿ ਮੈਂ ਹੁਣ ਤੀਖਣੀ ਮੰਗਣੀ ਮੈਂ ਸੜਕਾਂ ਤੇ ਨਹੀਂ ਘੁੰਮਣਾ ਤੇ ਮੈਂ ਹੁਣ ਨੌਕਰੀ ਕਰਨੀ ਹੈ ਇੰਨੀ ਜਲਦੀ ਤਾਂ ਕੋਈ ਦਿੰਦਾ ਨਹੀਂ ਨੌਕਰੀਆਂ ਪਰ ਅਸਿਸ ਸਟਰਗਲ ਕਰਨਾ ਹੈ ਮੈਨੂੰ ਵੀ ਤਾਂ ਕਿਸੇ ਨੇ ਐਦਾਂ ਨਹੀਂ ਫੜਾਤੀ ਐਜੂਕੇਸ਼ਨ ਦੇ ਡਿਗਰੀਆਂ ਮੈਂ ਸਟਰਗਲ ਕੀਤਾ ਹੈ ਇਹ ਵੀ ਮੈਂ ਸਟਰਗਲ ਕਰਕੇ ਇਹ ਸ਼ੁਰੂ ਕੀਤਾ ਹੈ ਨੌਕਰੀ ਨਹੀਂ ਮਿਲੀ ਤਾਂ ਮੈਂ ਇਹ ਸ਼ੁਰੂ ਕਰਦੇ ਹਾਂ ਸਟਰਗਲ ਹਰ ਜਗ੍ਹਾ ਹੁੰਦਾ ਹਰ ਇੱਕ ਇਨਸਾਨ ਸਟਰਗਲ ਕਰਦਾ ਮੇਲ ਫੀਮੇਲ ਵੀ 트랜ਸ ਜੈਡਰ ਕਰਦੇ ਸਾਡਾ ਦੋਗੁਣਾ ਸਟਰਗਲ ਹੋ ਸਕਦਾ ਹੈ ਲੇਕਿਨ ਸਟ੍ਰਗਲ ਸਾਰਿਆਂ ਨੂੰ ਕਰਨਾ ਪੈਂਦਾ ਸੋ ਇੱਥੇ ਜਿਹੜਾ ਸਾਡਾ ਹੈਗਾ ਕੰਮ ਇਹ ਇਹਦੇ ਵਿੱਚ ਵੀ ਅਗਰ ਕੋਈ ਟ੍ਰਾਂਸਜੈਂਡਰ ਬਹੁਤ ਅ ਪੜਨ ਲਿਖਣ ਤੋਂ ਬਾਅਦ ਜਾਂ ਇਹਦੇ ਵਿੱਚ ਪੜ੍ਹਾਈ ਲਿਖਾਈ ਦੀ ਵੀ ਕੋਈ ਜ਼ਰੂਰਤ ਨਹੀਂ ਗਈ ਮੈਂ ਤਾਂ ਇਹ ਨਹੀਂ ਕਹਨ ਵੀ ਤੁਸੀਂ ਗ੍ਰੈਜੂਏਟ ਹੋ ਜਾਂ ਪੋਸਟ ਗ੍ਰੈਜ ਤੁਹਾਨੂੰ ਸਕਿੱਲ ਆਂਦਾ ਖਾਣਾ ਬਣਾਉਣਾ ਆਂਦਾ ਚੰਗਾ ਚਾਈਨੀਜ਼ ਫੂਡ ਬਣਾ ਸਕਦੇ ਹੋ ਤੇ ਮੇਰੇ ਕੋਲ ਆਓ ਤੇ ਕੰਮ ਕਰੋ ਬਟ ਸਾਨੂੰ ਸਲੇਕੇ ਨਾਲ ਵੀ ਰਹਿਣਾ ਪਏਗਾ ਸਮਾਜ ਵਿੱਚ ਅਸੀਂ ਤੌਰ ਤਰੀਕਾ ਹੁੰਦਾ ਸਮਾਜ ਵਿੱਚ ਰਹਿਣ ਦਾ ਤੇ ਮੈਂ ਉਸ ਚੀਜ਼ ਕਿਉਂਕਿ ਬਹੁਤ سارے ਪੈਰਾਮੀਟਰਸ ਹੈ ਕੋਈ ਅਗਰ ਕੋਈ ਜਵਾਬ ਦਿੰਦਾ ਤਾਂ ਬਹੁਤ ਕੁਝ ਦੇਖਦਾ ਵੀ ਹੈ ਉਹਦਾ ਬਿਜ਼ਨਸ ਖਰਾਬ ਨਾ ਹੋਵੇ ਹੈਨਾ ਮੈਂ ਬਹੁਤ ਮਿਹਨਤ ਨਾਲ ਇਸ ਇਸਟੈਬਲਿਸ਼ਮੈਂਟ ਸਟੈਬਲਿਸ਼ ਕੀਤਾ ਹੈ ਇਹਦੇ ਵਿੱਚ ਅਗਰ ਮੈਂ ਕੋਈ ਵੀ ਆ ਇਨਸਾਨ ਜੋ ਬਹੁਤ ਜ਼ਿਆਦਾ ਵਾਇਲੈਂਟ ਹੈ ਹੈਨਾ ਸਮਾਜ ਉਹਨਾਂ ਉਗਰਤਾ ਉਹਨਾਂ ਦਿਮਾਗ 'ਚ ਹੈ ਜਦ ਬਾਰ-ਬਾਰ ਛੋਟੇ-ਛੋਟੇ ਗਲਤ ਤੇ ਤਾੜੀ ਮਾਰਨ ਲੱਗ ਜਾਂਦੇ ਹਨ ਤਾਂ ਮੈਂ ਫਿਰ ਉਹ ਉਸ ਚੀਜ਼ ਦਾ ਮੈਨੂੰ ਧਿਆਨ ਰੱਖਣਾ ਪੈਗਾ ਕਿਉਂਕਿ ਇਸ ਤਰ੍ਹਾਂ ਦੇ ਬੰਦੇ ਮੇਰੇ ਕੋਲ ਮੈਂ ਨਹੀਂ ਲੱਖ ਸਕਦੀਆਂ ਦੂਸਰਾ ਮੈਨੂੰ ਬਹੁਤ ਜ਼ਿਆਦਾ ਇਹ ਡੈਡੀਕੇਟਿਡ ਜਿਨ੍ਹਾਂ ਨੂੰ ਜੋ ਡੈਡੀਕੇਟਿਡ ਹੈ ਆਪਣੇ ਕੰਮ ਵਾਸਤੇ ਸਮਰਪਿਤ ਨੇ ਉਹ ਆਣ ਤੇ ਕੰਮ ਚਲੋ ਥੋੜਾ ਬਹੁਤ ਵੀ ਮੈਂ ਇਹ ਵੀ ਕਰ ਸਕਦੀਆਂ ਕਿ ਵੀ ਅਗਰ ਉਹਨੂੰ ਥੋੜਾ ਬਹੁਤ ਵੀ ਆਂਦਾ ਹੈ ਨਾ ਤੇ ਆਣ ਤੇ ਮਿਹਨਤ ਕਰਨ ਮੈਂ 19 ਸੈਲਰੀ ਤਾਂ ਨਹੀਂ ਦੇ ਸਕਦੀ ਲੇਕਿਨ ਉਹ ਆ ਕੇ ਮਿਹਨਤ ਕਰਨ ਇਸ ਕੰਮ ਨੂੰ ਆਗਿਆ ਬਦਾਨ ਹਾਂਜੀ ਆਪਣੀ ਰਿਸਪੈਕਟਫੁਲ ਧੋਤਗਾਰ ਦੇ ਨਾਲ ਡਿਗਨਿਟੀ ਵੀ ਹੁੰਦੀ ਹੈ ਹੈ ਨਾ ਮੈਨੂੰ ਇੱਥੇ ਇਨਕਮ ਤਾਂ ਅਜੇ ਫਿਲਹਾਲ ਸ਼ੁਰੂ ਨਹੀਂ ਹੋਈ ਮੇਰੀ ਮੈਨੂੰ ਡਿਗਨਿਟੀ ਰਿਸਪੈਕਟ ਤਾਂ ਮਿਲਦੀ ਹੈ ਨਾ ਹੋ ਸਕਦਾ 6 ਮਹੀਨੇ ਲੱਗ ਜਾਣ ਸਾਲ ਲੱਗ ਜਾਣ ਲੱਗ ਜਾ ਮੈਨੂੰ ਇਨਕਮ ਹੋਣ ਨੂੰ ਬਟ ਮੈਂ ਅਜੇ ਫਿਲਹਾਲ ਤਾਂ ਇਹ ਸੋਚ ਰਹੀ ਵੀ ਜਿਹੜੇ ਮੈਂ ਕੁੱਕ ਰੱਖੇ ਇਹਨਾਂ ਨੂੰ ਸੈਲਰੀ ਪੂਰੀ ਕਰ ਰਹੀ ਹਾਂ ਹੈ ਨਾ ਹਜੇ ਤਾਂ ਪੂਰਾ ਹੀ ਪੂਰਾ ਹੋ ਰਿਹਾ ਦੇਖੋ ਜਿਹੜਾ ਅਸੀਂ ਲੈ ਕੇ ਆਂਦੇ ਸਮਾਨ ਸਬਜ਼ੀਆਂ ਵਗੈਰਾ ਜੋ ਰਾਸ਼ਨ ਪਾਣੀ ਲੈ ਕੇ ਆਂਦੇ ਉਹਦੇ ਵਿੱਚ ਪੂਰਾ ਹੋ ਜਾਂਦਾ ਹੈ ਫਿਲਹਾਲ ਤਾਂ ਤੇ ਬਸ ਮੈਂ ਕੋਸ਼ਿਸ਼ ਕਰ ਰਹੀ ਵੀ ਜਿਹੜੇ ਅਸੀਂ ਕੁੱਕ ਰੱਖੇ ਆ ਇਨਨੋ ਸ ਇਨਰ ਸੈਲਰੀ ਨਿਕਲ ਜਵੇ ਫਿਊਚਰ ਪਲਾਨਸ ਕੀ ਸੋਚ ਰਹੇ ਹਾਂ ਕੋ ਟ੍ਰਕ ਨੂੰ ਲੈ ਕੇ ਵੀ ਇਹਨੂੰ ਅੱਗੇ ਕਿਵੇਂ ਵਧਾਉ ਸੇ ਦੇਖੋ ਪਹਿਲੇ ਇਹਦਾ ਸਾਨੂੰ ਬੜੀ ਹੋਪ ਹੈਗੇ ਆ ਕਿਉਂਕਿ ਲੋਕ ਜਿਸ ਤਰ੍ਹਾਂ ਦਾ ਰਿਸਪਾਂਸ ਦੇ ਰਹੇ ਆ ਤੇ ਆ ਆਂਦੇ ਰੋਜ਼ ਡੇਲੀ ਆਪਣਾ ਆਪਣਾ ਸਾਡਾ ਅੱਛਾ ਚੱਲ ਰਿਹਾ ਜਿੰਨਾ ਅਸੀਂ ਸਮਾਨ ਬਣਾਉਂਦੇ ਆ ਉਹਨਾਂ ਖਪਤ ਹੋ ਜਾਂਦੀ ਹੈ ਉਹ ਬਣ ਕੇ ਖਤਮ ਹੋ ਜਾਂਦਾ ਹੈ ਅਸੀਂ ਬਸਤੀ ਕੁਛ ਨਹੀਂ ਰੱਖਦੇ ਮਤਲਬ ਇਹ ਇਨਸਟ ਬਚਦਾ ਹੀ ਨਹੀਂ ਸਬਸੀ ਹੋਣ ਦਾ ਸਵਾਲ ਨਹੀਂਗਾ ਜਿੰਨਾ ਸੀ ਮੋਬਜ਼ ਬਣਾਉਂਦੇ 200 250 ਬੰਦਾ ਤੇ ਉਹ बिक ਜਾਂਦਾ ਸਾਡੇ ਰੇਟ ਵੀ ਘਟਨੇ ਸਾਡੀ ਕੁਆਲਿਟੀ ਅੱਛੀ ਹੈ ਅਸੀਂ ਸਾਫ ਸੁੱਤਰਾ ਰੱਖਦੇ ਹਾਂ ਸਾਰਾ ਕੁਝ ਆਪਣੇ ਸਾਹਮਣੇ ਬਣਾਉਂਦੇ ਤਾਂ ਕਿ ਕਸਟਮਰ ਨੂੰ ਕੋਈ ਨੁਕਸਾਨ ਨਾ ਹੋ ਕਿਸੇ ਤਰ੍ਹਾਂ ਦਾ ਵੀ ਉਹਨ ਸੈਟੀਸਫਾਈਡ ਹੋਣ ਕੁਰਸੀਆਂ ਤੇ ਆ ਕੇ ਬਹਿੰਦੇ ਆਪਣੇ ਫੈਮਲੀਆਂਜ਼ ਨਾਲ ਬੱਚੇ ਆਉਂਦੇ ਸੋ ਸਾਨੂੰ ਬੜਾ ਅੱਛਾ ਲੱਗਦਾ ਕਿ ਫੈਮਲੀਆਂਜ਼ ਨਾਲ ਸਾਡਾ ਬੜਾ ਰਿਲੇਸ਼ਨ ਅੱਛਾ ਬਣਦਾ ਹੈ ਤੇ ਕਈ ਲੋਕ ਕਹਿੰਦੇ ਤੁਸੀਂ ਨਾਨ ਵੇਜ ਦਾ ਸ਼ੁਰੂ ਕਰ ਲਓ ਅਸੀਂ ਕਹਿੰਦੇ ਨਹੀਂ ਅਸੀਂ ਫੈਮਿਲੀ ਦਾ ਐਟਮੋਸਫੇਅਰ ਬਣਾ ਕੇ ਰੱਖਣਾ ਕਿਉਂਕਿ ਜੇ ਨਾਨ ਵੇਜ ਸ਼ੁਰੂ ਕਰ ਦਿੱਤੇ ਹੋਰ ਕਈ ਤਰ੍ਹਾਂ ਦੇ ਤੱਤ ਤੇ ਆਣ ਆਣਦੇ ਮਤਲਬ ਸੰਭਾਵਨਾ ਹੈਗੀ ਆ ਵੀ ਗਲਤ ਲੋਕ ਵੀ ਆਸਰ ਵਿੱਚ ਆਏ ਤੇ ਅਸੀਂ ਅਵੋਇਡ ਕਰਦੇ ਕਿ ਸਾਡੇ ਕੋਲ ਤਾਂ ਫੈਮਿਲੀਜ਼ ਅਸੀਂ ਚਾਹਦੇ ਫੈਮਿਲੀਜ਼ ਨਾਲ ਅਸੀਂ ਬਣ ਮਤਲਬ ਜੁੜੇ ਰਹੀਏ ਸੋ ਅਸੀਂ ਜੇ ਹੋਰ ਇਸ ਤੋਂ ਜ਼ਿਆਦਾ ਅੱਛਾ ਬਿਜ਼ਨਸ ਕਰਦੇ ਚਾਈਨ ਚਾਈਨਸ ਦੇ ਨਾਲ-ਨਾਲ ਅਸੀਂ ਨਾਨ ਵੇਜ ਸ਼ੁਰੂ ਕਰ ਦਿੱਤੇ ਤੇ ਇੱਥੇ ਬਹੁਤ ਸਾਰੇ ਲੋਕ ਜਿਹੜੇ ਅ ਸਿਰ ਆ ਬੀ ਜਿਹੜਾ ਉਹ ਆ ਜਾਣਗੇ ਤਾਂ ਅਸੀਂ ਉਹ ਹਾਂ ਅਵੋਇਡ ਕਰਨਾ ਚਾਹਦੇ ਇਹ ਬਿਲਕੁਲ ਧਾਰਮਿਕ ਬਹੁਤ ਸੁੰਦਰ ਮਾਹੌਲ ਅਸੀਂ ਕਰਨਾ ਚਾਹੁੰਦੇ ਮੇਰੇ ਮੇਰੀ ਕੁਤਬੀ ਸੋਚ ਹੈ ਕਿ ਮੈਂ ਇੱਕ ਬਹੁਤ ਹੀ ਮਤਲਬ ਮੈਂ ਬਹੁਤ ਤੀਰਜ ਵਾਲੀ ਨਾ ਸਪੇਸ਼ੈਂਸ ਵਾਲੀ ਇਨਸਾਨ ਹਾਂ ਤੇ ਮੈਂ ਐਦਾਂ ਦੇ ਲੋਕੀ ਪਸੰਦ ਨਹੀਂ ਦੇ ਅੰਦਰ ਬਹੁਤ ਪੇਸ਼ੈਂਸ ਹੈ ਉਹਨਾਂ ਨੂੰ ਮੈਂ ਅਪਰੀਸ਼ੀਏਟ ਕਰਦੇ ਜੇ ਉਹ ਵਾਇਲੈਂਟ ਨਾ ਹੋ ਉਗਰਤਾ ਨਾ ਹੋ ਉਹਨਾਂ ਦੇ ਅੰਦਰ ਹੋਵੇ ਸਮਾਜ ਨਾਲ ਮਿਲਣਾ ਚਾਹੁੰਦੇ ਆ ਬੱਚਿਆਂ ਨਾਲ ਹਰ ਇੱਕ ਬੰਦਾ ਬੱਚਾ ਵੀ ਆਏ ਤਾਨੂੰ ਦੇਖ ਕੇ ਡਰੇ ਨਾ ਹੈ ਨਾ ਮੈਨੂੰ ਏਦਾਂ ਲੱਗਦਾ ਕਿ ਬੱਚਾ ਵੀ ਮੇਰੇ ਕੋਲ ਗੋਚੇ ਆ ਕੇ ਬਹਿ ਜਾਏ ਸੋ ਏਦਾਂ ਦਾ ਪਿਆਰ 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 ਮੈਨੂੰ ਵੀ ਪਿਆਰ ਚਾਹੀਦਾ ਹੈ ਹਨਾ ਹਰ ਇੱਕ ਇਨਸਾਨ ਨੂੰ ਪਿਆਰ ਦੇਦਾ ਸੋ ਅਸੀਂ ਯਸ ਸਪੇ ਇਹ ਇੱਕ ਬਜ਼ੁਰਗ ਵੀ ਆਈ ਸੀ ਉਹ ਮੇਰੇ ਹੱਥ ਫੜ ਕੇ ਬੈਠੀ ਰਹੀ ਸੀ ਸੋ ਇੱਕ ਦੂਸਰੇ ਨੂੰ ਪਿਆਰ ਹਾਂ ਫੀਲ ਹੁੰਦਾ ਹੈ ਕਿ ਯਸ ਫੈਮਿਲੀ ਇਹੀ ਤਾਂ ਇਹੀ ਤਾਂ ਸਾਨੂੰ ਚਾਹੀਦਾ ਸੀ ਫੈਮਿਲੀ ਸਪੋਰਟ ਤਾਂ ਨਹੀਂ ਹੁੰਦਾ ਬਟ ਕਿਤੇ ਨਾ ਕਿਤੇ ਉਹਨਾਂ ਅੰਦਰ ਤਾਂ ਹੁੰਦਾ ਹੀ ਹੈ ਕਿ ਵੀ ਅਸੀਂ ਸਪੋਰਟ ਕਰੀਏ ਬਟ ਸੁਸਾਇਟੀ ਦਾ ਵੀ ਡਰ ਹੁੰਦਾ ਸੁਸਾਇਟੀ ਵੀ ਬੜੀ ਖਰਾਬ ਹੈ ਬਹੁਤ ਜ਼ਿਆਦਾ ਉਹ ਪਰਿਵਾਰਾਂ ਨੂੰ ਮਿਲਣ ਨਹੀਂ ਦਿੰਦੇ ਆ ਪਰਿਵਾਰਛੇ ਉਹਨਾਂ ਮਤਲਬ ਆਪਣੇ ਪਰਿਵਾਰ ਜਿਹਾ ਸਾਡੇ ਪਰਿਵਾਰ ਨੂੰ ਵੀ ਕਾਫੀ ਦਿੱਕਤ ਚੇਲਨੀ ਪੈਂਦੀ ਰਿਸ਼ਤਦਾਰਾਂ ਕੋਲੋਂ ਤੇ ਇਸ ਕਰਕੇ ਉਹ ਡਰ ਜਾਂਦੇ ਆ ਵੀ ਸਾਨੂੰ ਵੀ ਇਹ ਸੁਸਾਇਟੀ ਜੋਂ ਨਾ ਕੱਢ ਦ ਕੱਢ ਦਿੱਤਾ ਜਾਵੇ अच्छा ਤੁਸੀਂ ਮਤਲਬ ਇੰਨਾ ਬੁਰਾ ਸਮਾ ਵੇਖਿਆ ਹੈ ਨਾ ਜਿਵੇਂ ਕਿ ਤੁਸੀਂ ਫੈਮਲੀ ਬਾਰੇ ਵੀ ਕਿਹਾ ਤੇ ਇਸ ਫੈਮਿਲੀ ਸਪੋਰਟ ਨਹੀਂ ਹੈ ਤੇ ਹੁਣ ਤੁਸੀਂ ਇੱਕ ਇੰਡੀਪੈਂਡੈਂਟ ਫ੍ਰਾਸ ਜੈਂਡਰ ਹੋ ਇੰਨਾ ਸਟਰੋਂਗ ਕਿਵੇਂ ਹੋ ਅ ਸਟਰੋਂਗ انسان ਖੁਦ ਵੀ ਜਦੋਂ ਬਹੁਤ ਸਾਰੀ ਜਿਹਹਾਲਤਾਂ ਵਾਲੀ ਜਿਹੜੀ ਲਾਈਫ ਹੁੰਦੀ ਨਾ ਮੈਨੂੰ ਦਿੱਕਤਾਂ ਵਾਲੀ ਲਾਈਫ ਹੁੰਦੀ ਤੇ ਇੱਕ ਕੋਈ ਮਿੱਟੀ ਹੁੰਦੀ ਨਾ ਪੱਕ ਪੱਕੇ ਪੱਥਰ ਹੋ ਜਾਂਦੇ ਨਾ ਇਸੇ ਤਰ੍ਹਾਂ ਸੀ ਬਸ ਮੈਂ ਤਾਂ ਇਦਾਂ ਹੀ ਹੋ ਗਈਆਂ ਮਤਲਬ ਜਿੰਨੇ ਸਾਰੇ ਮੁਸੀਬਤਾਂ ਆ ਕੇ ਉਹ ਕਠੋਰ ਹੋ ਗਈਆਂ ਪੱਥਰ ਬਣ ਗਈਆਂ ਬਟ ਪੱਥਰ ਦੇ ਅੰਦਰ ਵੀ ਪੱਥਰ ਦੇ ਨੀਚੇ ਦਬਿਆ ਇਨਸਾਨ ਵੀ ਹੈਗਾ ਕੋਈ ਜੀਉਦਾ ਦਿਲ ਹੈਗਾ ਪੱਥਰ ਸਿਰਫ ਦਿਖਾਂਦਾ ਹੀ ਹੈ ਜਿਹੜਾ ਅੰਦਰ ਬਾਹਰ ਇਹ ਰੋਪ ਹੈ ਨਾ ਇਹ ਸਿਰਫ ਦਿਖਾਂਦਾ ਕਠੋਰਤਾ ਅੰਦਰੋਂ ਤਾਂ ਅਸੀਂ ਪਿਗਲੇ ਹੋਏ ਲੋਕ ਹੈ ਵੀ ਕੋਈ ਜਲਾਜਾ ਹੱਥ ਫੜਨੇ ਜਾਂ ਆਪਣਾਪਨ ਦਿਖਾ ਦੇ ਸੀ ਆਲ ਆ ਮੈਨੂੰ ਹਾਂ ਜੂ اچھا ਲੱਗ ਜਾਂਦੇ ਸੋ ਇਹ ਚੀਜ਼ਾਂ ਹੁੰਦੀਆਂ ਤੇ ਮਤਲਬ ਕਠੋਰਤਾ ਬਾਹਰੋਂ ਦਿਖਦੀ ਹੈ ਹੈਨਾ ਹੁਣ ਅਸੀਂ ਹਾਂ ਅੰਦਰੋਂ ਪਰ ਬੜੇ ਸਿਰਫ ਦਿਖਾਵਾ ਹੀ ਹੁੰਦਾ ਕਿ ਕਿਉਂਕਿ ਸਮਾਜ ਤਾਂ ਬੜੀ ਅ ਮੇਰੇ ਖਿਆਲ ਚ ਚੱਲਣਾ ਹਾਂਜੀ ਸਟਰੋਂਗ ਅਗਰ ਅਸੀਂ ਬੜੇ ਨਾਜ਼ੁਕ ਬਣ ਜਾਈਏ ਤਾਂ ਲੋਕ ਸਾਨੂੰ ਖਾ ਜਾਣਗੇ ਇਹਨਾਂ ਲੋਕ ਸਾਨੂੰ ਤੰਗ ਕਰਨਗੇ ਇਸ ਕਰਕੇ ਸਟਰੋਂਗ ਬੰਨਾ ਜ਼ਰੂਰੀ ਹੈ ਔਰ ਪੂਰਾ ਇੱਕ ਰੋਬ ਦੇ ਨਾਲ ਆਪਣੇ ਚਿਹਰੇ ਵਿੱਚ ਰੱਖਣਾ ਹੁੰਦਾ ਕਿ ਮੈਂ ਹੀ ਜੜਾ ਹੈ ਨਾ ਮੈਨੂੰ ਕੋਈ ਕਮ ਨਾ ਸਮਝੇ ਕੋਈ ਸੋ ਮੈਂ ਆਮ ਪ੍ਰਾਊਡ ਟੂ ਬੀ ਅ ਟ੍ਰਾਂਸ ਜੈਂਡਰ ਮਤਲਬ ਪ੍ਰਾਊਡ ਹਜੜਾ ਪ੍ਰਾਊਡ ਕਿਨਰ ਪ੍ਰਾਊਡ ਕੁਸਰਾ ਕਰਨੋ ਪਾਜਾ ਸਰ ਕਰਨੋ ਮੈਨੂੰ ਗਰਵ ਆਪਣੇ ਆਤੇ ਮੈਨੂੰ ਕੋਈ ਦਿੱਕਤ ਨਹੀਂ ਸਮਾਜ ਨੂੰ ਹੋਵੇ ਸ਼ਰਮ ਆਵੇ ਆਣ ਦੋ ਮੇਰੇ ਫੈਮਿਲੀ ਲੋਗਾਂ ਮੇਰੇ ਪਰਿਵਾਰ ਰਿਸ਼ਤੇਦਾਰਾਂ ਨੂੰ ਸ਼ਰਮ ਆਵੇ ਤਾਂ ਆਣ ਦੋ ਕੋਈ ਚੱਕਰ ਨਹੀਂ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਮੈਂ ਕੋਈ ਰੇਪ ਨਹੀਂ ਕੀਤਾ ਕਿ ਮੈਂ ਕਿਸੇ ਦਾ 420 ਨਹੀਂ ਕੀਤੀ ਫਰਾਡ ਨਹੀਂ ਕੀਤਾ ਦੇਸ਼ ਨਾਲ ਗੱਦਾਰੀ ਨਹੀਂ ਕੀਤੀ ਅਗਰ ਮੈਂ ਚਾਹਦੀ ਤਾਂ ਮੈਂ ਜਸਟਨ ਟੂਟੋ ਨੇ ਮੈਨੂੰ 2018 ਚ ਡਿਨਰ ਤੇ ਬੁਲਾਇਆ ਸੀਗਾ ਤੇ ਉਹਨਾਂ ਨੇ ਮੈਨੂੰ ਬਾਹਰ ਮਤਲਬ ਕੈਨੇਡਾ ਰਹਿਣ ਦਾ ਵੀ ਆਫਰ ਕੀਤਾ ਜੀ ਸਿਟੀਜ਼ਨਸ਼ਿਪ ਦਾ ਮੈਂ ਨਹੀਂ ਲਿੱਤੀ ਮੈਂ ਠੁਕਰਾ ਦਿੱਤੀ ਲੇਕਿਨ ਇਸ ਕਿਉਂਕਿ ਮੈਨੂੰ ਲੱਗਦਾ ਸੀ ਮੈਂ ਇੰਡੀਅਨ ਨਾ ਮੈਨੂੰ ਭਾਰਤ ਚ ਹੀ ਰਹਿਣਾ ਹੈ ਔਰ ਮੈਨ ਮਰਨਾ ਜੀਣਾ ਮੈਨੂੰ ਇੱਥੇ ਹੀ ਮੇਰੇ ਮੇਰੇ ਧਰਤੀ ਹੈ ਮੇਰੇ ਮੈਂ ਜਨਮ ਲਿੱਤਾ ਇੱਥੇ ਔਰ ਮੈਂ ਸਟ੍ਰਗਲ ਵੀ ਇੱਥੇ ਕਰਨਾ ਆਪਣੇ ਮੇਰੇ ਭੈਣ ਭਰਾ ਸਾਰੇ ਦੁਨੀਆ ਦੇ ਲੋਕ ਬੇਸ਼ੱਕ ਲੋਕ ਇੱਥੇ ਛੱਡ ਕੇ ਬਾਕੀ ਮੁਨਕਾ ਚ ਜਾ ਰਹੇ ਹਨ ਲੇਕਿਨ ਮੈਨੂੰ ਨਹੀਂ ਲੱਗਦਾ ਸੀ ਕਿ ਵੀ ਇੱਥੇ ਸਭ ਕੁਝ ਕਰ ਸਕਦਾ ਇਨਸਾਨ ਹੈ ਨਾ ਮਿਹਨਤ ਉੱਥੇ ਵੀ ਕਰਨੀ ਹੈ ਉੱਥੇ ਕਿਹਨੂੰ ਉਹਨਾਂ ਨੂੰ ਫਰੀਜੇ ਕੁਝ ਮਿਲ ਜਾਣਾਗਾ ਤੇ ਇਨਸਾਨ ਇੰਡੀਆ ਦੇ ਕੋਈ ਭੁੱਖਾ ਨਹੀਂ ਮਰ ਸਕਦਾ ਥੋੜਾ ਵੀ ਕੰਮ ਕਰੇਗਾ ਨਾ ਭੁੱਖਾ ਨਹੀਂ ਮਰ ਸਕਦਾ ਮਿਹਨਤ ਕਰੇ ਫੋਰਨ ਕੰਟਰੀ ਜੇ ਕੀ ਹੈ ਕਿ ਬਹੁਤ ਮਿਹਨਤ ਕਰਕੇ ਵੀ ਇੰਨੇ ਸਾਰੇ ਟੈਕਸਸ ਹੈ ਇਹਨੇ ਟੈਕਸ ਦੇਣੇ ਪੈਂਦੇ ਆ ਬੇਸ਼ੱਕ ਦੀ ਸਾਡੀ ਚੰਗ ਚਮੜੀ ਗੋਰੀ ਹੋ ਜਾਏਗੀ ਅਸੀਂ ਲਕਜ਼ਰੀਸ ਲਾਈਫ ਹਾਂ ਬਟ ਸਾਡੇ ਦਿਮਾਗ ਜਿਹਨੇ ਬੰਦ ਹੋ ਜਾਂਦੇ ਆ ਅਸੀਂ ਇੰਨਾ ਮਿਹਨਤ ਕਰਦੇ ਆ ਇੰਨਾ ਮਿਹਨਤ ਕਰਦੇ ਸਾਨੂੰ ਆਪਦਾ ਨਹੀਂ ਪਤਾ ਹੁੰਦਾ ਲੋਕ ਰੋਂਦੇ ਉਥੇ ਉਹਨਾਂ ਕਿੰਨਾ ਪ੍ਰੋਬਲਮ ਹੈਗੇ ਇੱਥੇ ਕਮ ਸੇ ਕਮ ਫੈਮਿਲੀ ਕੋਲ ਅਗੇ ਦੋਸਤ ਕੋਲ ਅਗੇ ਯਾਰ ਦੋਸਤ ਅਸੀਂ ਸ਼ਾਮ ਨੂੰ ਆ ਕੇ ਬਹਿ ਤਾਂ ਸਕਦੇ ਨਾ ਨਹੀਂ ਅਖੀਰ ਦੇ ਵਿੱਚ ਤੁਸੀਂ ਆਪਣੇ ਦਰਸ਼ਕਾਂ ਨੂੰ ਜੋ ਮੈਂ ਹੁਣ ਤੱਕ ਤੋਂ ਉਹਨਾਂ ਨੇ ਤੁਹਾਨੂੰ ਸੁਣਿਆ ਕੀ ਕਹੂੰਗੇ ਮੈਂ ਇਹ ਕਹੂੰਗੀ ਵੀ ਜਿਹੜੀ ਇਸ ਸਮਾਜ ਦੇ ਵਿੱਚ ਜਿਹੜੀ ਸੋਚ ਬਣੀ ਹੈ ট্রান্সਜੈਂਡਰ ਕਮਿਊਨਿਟੀ ਵਾਸਤੇ ਕਿ ਨਰ ਖਸਰਾ ਇਹ ਜਿਹੜਾ ਜੋ ਵੀ ਤੁਸੀਂ ਕਹਿੰਦੇ ਹੋ ਆ ਸਾਡੇ ਵਾਸਤੇ ਜੋ ਸੋਚ ਬਣੀ ਹੈ ਆ ਉਹ ਸੋਚ ਤੋਂ ਬਾਹਰ ਨਿਕਲਣਾ ਸੀ ਹੈਨਾ ਤੇ ਅਸੀਂ ਐਦਾਂ ਦੇ ਲੋਕਾਂ ਨੂੰ ਅਪਰੀਸ਼ੀਏਟ ਕਰਨਾ ਹੈ ਜਿਹੜੇ ਮਿਹਨਤ ਕਰ ਰਹੇ ਆ ਵੇੜੇ ਸਟਰਗਲ ਕਰ ਰਹੇ ਨੇ ਜਿਹੜੇ ਕੁਝ ਬੰਨਾ ਚਾਹੁੰਦੇ ਆ ਜ਼ਿੰਦਗੀ 'ਚ ਔਰ ਕੁਝ ਚੇਂਜ ਲਿਆਣਾ ਚਾਹੁੰਦੇ ਆ ਤੇ ਮੈਂ ਇਹ ਕਹੂੰਗੀ ਵੀ ਡੋਨਟ ਨੀਡ ਐਨੀ ਸਪੈਸ਼ਲ ਰਾਈਟਸ ਵੀ ਨੀਡ ਓਨਲੀ ਐਕਸੈਪਟੈਂਸ ਸੋ ਐਕਸੈਪਟੈਂਸ ਦੇ ਬੇਸ ਤੇ ਇਹ ਟਰੱਕ ਬਣਿਆਗਾ ਪੂਰਾ ਫੋਰ ਟਰੱਕ ਇਹਦੇ ਵਿੱਚ ਲਿਖਿਆ ਹੈ ਸਵੀਕਾਰ ਸਵੀਕਾਰ ਦਾ ਮਤਲਬ ਹੀ ਐਕਸੈਪਟੈਂਸ ਹੈ ਸੋ ਅਸੀ ਸਾਂਝ ਦੇ ਮੇਲੇ 'ਤੇ ਬੈਠੇ ਆ ਤੇ ਔਰ ਇਹ ਬਹੁਤ ਖੂਬਸੂਰਤ ਸਮਾਂ ਹੈ ਨਾ ਸਾਂਝ ਦਾ ਮੇਲਾ ਬਹੁਤ ਸਕੂਨ ਵਾਲਾ ਹੁੰਦਾ ਹੈ दिन तो रात न मिलाने वाला समा होता है दिन होती है रात होती तो संध्या भी होती है और संध्या हम हैं हम मर्द और, और और औरत का जो बीच का है ना आ, मिल मिलन वो हमारा वो वजूद है हम लोग मर्द औरत और जैस आ, के जो संगम से बने हैं जिद जिमें भगवान शिव अर्धनारीश्वर रूप से आ जाते हैं नर और नारी के रूप से इसी तरह असी अपने आप अपने ट्रांसजेंडर कम्यूनिटी में कहूँगी अपने आप खूबसूरत मानन ਤੇ ਯੂ ਆਰ ਯੂ ਆਰ ਫੈਬਲਸ ਪੀਪਲ ਅਸੀਂ ਸਾਰੇ ਫੈਬਲਸ ਹੈ ਐਂਡ ਕਮਿਊਨਿਟੀ ਨੂੰ ਪਹੁੰਚੇ ਬਾਹਰ ਆਣ ਆਪਣੇ ਮਿਹਨਤ ਕਰਨ ਪੜਨ ਲਿਖਨ ਤੇ ਅਗਰ ਜੌਬ ਮਿਲਦੀ ਹੈ ਠੀਕ ਹੈ ਆਈਐਸ ਆਫੀਸ ਅਫਸਰ ਬਨਨ ਆਈਪੀਐਸ ਬਨਨ ਜੇ ਨਈਮ ਹੋ ਸਕਦਾ ਹੈ ਤਾਂ ਇਦਾਂ ਦਾ ਕੰਮ ਸ਼ੁਰੂ ਕਰਾਂ ਜਿਹਦੇ ਨਾਲ ਸਮਾਜ ਵਿੱਚ ਚੇਂਜ ਆਵੇ ਸੋ ਅਸੀਂ ਮਿਲ ਜੁਲ ਕੇ ਰਹੀਏ ਇਸ ਭਾਰਤ ਵਰਸ਼ ਨੂੰ ਅਸੀਂ ਗਿਵਧਾਈਏ ਥੈਂਕ ਯੂ